अज सारिया संगत जिथे पहुंची पहला तो सारिया का दिलों धन्यवाद। तुसी पंजाब के हकों लिए संघर्ष करने वाले ओ सिंह, क्योंकि जो गल चलती है बंदी सिंह रिहा कराने की, पहला सवाल साडे मन च आना चाहिए जेड़ा नहीं आता, वह सवाल है कि बंदी सिंह जेलां च गए क्यों? ओ सिंघो शांति रखो दो मिनट, की गल है? पर्दा चक लो, पर्दा चक लो, सो पहला सवाल साडे मन च जेड़ा आना चाहिदा होए है कि बंदी सिंह जेड़े है वह बंदी बने क्यों? क्यों उन्होंने जिंदगियां छड़ के चंगियां भलियां सुख आराम दियां कोई पुलिस की नौकरी करता सी, किसी की चंगी भली पैड़ी सी घर बार सी, वह अपनियां जिंदगियां छड़ के सुख आराम छड़ के उन्होंने जेलां च क्यों जाना पिया? सवाल इत्थे खड़ा है। जदों आपां इह गल कहिंदे आ बंदी सिंह रिहा करो, पर उस तों पहलां इह गल सोचनी चाहीदी है जिस कारण करके जिस मकसद करके बंदी सिंह अंदर गए ने कि वह मकसद पूरा हो गया? जे नहीं होया तो फिर बंदी सिंह रिहा होके भी की करनगे? सवाल असी सोचते नहीं। बंदी सिंह च कल भाई तारे की, भाई जगतार सिंह तारे की, भाई ढोरे की एक चिट्ठी आई जी बहुत अहम है। वह चिट्ठी के विच उन्होंने जी गल आखी है सारी कौम को वह गल सोचने की लोड़ है। भाई तारे हुण आख्या जिस मकसद करके पंजाब दे हकां करके पंजाब दी आजादी करके असी अंदर गए सां, ओ जे मकसद नहीं पूरा हुंदा समझौता करके असी बाहर नहीं आउणा, समझौता करके ओ किते बाहर नहीं आउणा। जिहड़े साडे नौजवान आ पिछले 5-7 सालां दे चुक के इन्हां ने जवाबां ला के अंदर कीते ने, उन्हां दा संघर्ष भी असी बराबर करना है नाल। बंदी सिंह साडे ਉਹ ਕੋਈ ਸ਼ੌਂਕ ਨਹੀਂ ਸੀ ਉਹਨਾਂ ਨੂੰ ਜੇਲ੍ਹਾਂ 'ਚ ਜਾਣ ਦਾ। ਜਿਹੜਾ ਹਿੰਦੁਸਤਾਨ ਦਾ ਕਾਨੂੰਨ, ਜਿਸ ਕਾਨੂੰਨ ਨੂੰ ਛਿੱਕੇ ਟੰਗ ਕੇ ਹਿੰਦੁਸਤਾਨ ਨੇ ਪਹਿਲਾਂ ਸਾਡਾ ਪਾਣੀ ਲੁੱਟਿਆ, ਸਾਡਾ ਪੰਜਾਬੀ ਬੋਲਦੇ ਇਲਾਕੇ ਲੁੱਟੇ ਆ, ਉਸ ਦੇ ਖਿਲਾਫ ਸੰਘਰਸ਼ ਹੋਇਆ, ਧਰਮ ਯੁੱਧ ਮੋਰਚਾ ਲੱਗਾ, ਧਰਮ ਯੁੱਧ ਮੋਰਚੇ ਦੇ ਵਿੱਚ ਆਨੰਦਪੁਰ ਦੇ ਮਤੇ ਦੀ ਗੱਲ ਹੋਈ ਹੈ, ਫੈਡਰਲ ਢਾਂਚੇ ਦੀ ਗੱਲ ਹੋਈ ਹੈ, ਉਸ ਆਨੰਦਪੁਰ ਦੇ ਮਤੇ ਦੇ ਖਿਲਾਫ ਹਿੰਦੁਸਤਾਨ ਦੀ ਹਕੂਮਤ ਇਸ ਦੇਸ਼ ਦੀ ਬਹੁ ਗਿਣਤੀ ਨੇ ਇਹਨੂੰ ਵੱਖਵਾਦੀ ਮਤਾ ਕਿਹਾ। ਇਸ ਕਰਕੇ ਇਹਨਾਂ ਨੇ ਰੈਲੀਆਂ ਕੀਤੀਆਂ, ਰੈਲੀਆਂ ਕਰ ਕਰਕੇ ਸਰਕਾਰ ਨੂੰ ਇਹ ਗੱਲ ਆਖੀ ਵੀ ਤੁਸੀਂ ਪੰਜਾਬ 'ਚ ਫੌਜ ਭੇਜੋ, ਪੰਜਾਬ ਦੇ ਵਿੱਚ ਫੌਜ ਚਾੜ ਕੇ ਦਰਬਾਰ ਸਾਹਿਬ ਦੇ ਉੱਤੇ ਅੱਤਵਾਦੀਆਂ ਦਾ ਖਾਤਮਾ ਕਰੋ। ਇਹ ਗੱਲ ਇਹ ਕਹਿੰਦੇ ਰਹੇ ਰੈਲੀਆਂ ਕੱਢ ਕੱਢ ਕੇ। ਸੋ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਸਨ, ਜਿਨ੍ਹਾਂ ਨੇ ਸਾਡੇ ਤਖ਼ਤ ਦੇ ਉੱਤੇ ਟੈਂਕਾਂ ਚਾੜ ਕੇ, ਤੋਪਾਂ ਚਾੜ ਕੇ, ਉੱਥੇ ਛੋਟੇ ਛੋਟੇ ਬੱਚੇ ਸ਼ਹੀਦ ਕਰਕੇ ਸਾਡੇ ਸਿਰ ਤੇ ਭਾਜੀ ਚਾੜੀ ਹੈ, ਜਿਨ੍ਹਾਂ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖੋ ਇਹ ਗੱਲ ਸਮਝ ਲਈਏ, ਜਿਨ੍ਹਾਂ ਨੇ ਦਿੱਲੀ ਦੀਆਂ ਸੜਕਾਂ ਤੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ, ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ, ਜੇ ਉਹਨਾਂ ਕੋਲੋਂ ਕਹਿੰਦੇ ਆ ਵੀ ਬੰਦੀ ਸਿੰਘ ਰਿਹਾ ਕਰਦੇ, ਉਹਨਾਂ ਨਹੀਂ ਕਰਨੇ। ਇਹ ਧਿਆਨ ਨਾ ਖੋਲੋ, ਜਗਾਰੇ ਨਾ ਛੱਡੋ ਹਲੇ। ਸੋ ਸਵਾਲ ਇੱਥੇ ਆਣ ਕੇ ਖੜਾ ਵੀ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਪਰ ਇੱਕ ਗੱਲ ਆਪਣੇ ਆਪ ਨੂੰ ਪੁੱਛ ਕੇ ਵੇਖੋ ਵੀ ਜੇ ਨਾ ਸਾਡੇ ਤੇ ਜ਼ੁਲਮ ਹੁੰਦਾ, ਨਾ ਸਾਡੇ ਬੰਦਿਆਂ ਨੂੰ ਜਿਹੜੇ ਨੌਕਰੀਆਂ ਤੇ ਲੱਗੇ ਸਨ ਕੀ ਗੱਲ? ਸ਼ਾਂਤੀ ਰੱਖੋ ਵੀ ਸ਼ਾਂਤੀ, ਕੋਈ ਗੱਲ ਨਹੀਂ। ਤੇ ਜੇ ਨਾ ਸਾਡੇ ਬੰਦਿਆਂ ਨੂੰ ਹਥਿਆਰ ਚੁੱਕਣੇ ਪੈਂਦੇ, ਨਾ ਸਾਡੇ ਸਿੰਘਾਂ ਨੂੰ ਘਰੋਂ ਬਘਾਰ ਹੋਣਾ ਪੈਂਦਾ, ਨਾ ਬਿਅੰਤਾ ਬੁੱਜੜ ਜ਼ਾਲਮ ਬਣ ਕੇ ਕੋਹ ਕੋਹ ਕੇ ਸਾਡੀ ਨੌਜਵਾਨੀ ਮਾਰਦਾ, ਨਾ ਭਾਈ ਤਾਰੇ ਹੋਣਾ ਨੂੰ, ਭਾਈ ਹਵਾਰੇ ਹੋਣਾ ਨੂੰ, ਨਾ ਭਾਈ ਰਾਜੋਵਾਨੇ ਹੋਣਾ ਨੂੰ ਇਹ ਕਾਨੂੰਨ ਹੱਥ 'ਚ ਲੈਣਾ ਪੈਂਦਾ, ਨਾ ਬਿਅੰਤਾ ਬੁੱਜੜ ਜ਼ਾਲਮ ਬਣ ਕੇ ਕੋਹ ਕੋਹ ਕੇ ਸਾਡੀ ਨੌਜਵਾਨੀ ਮਾਰਦਾ, ਨਾ ਭਾਈ ਤਾਰੇ ਹੋਣਾ ਨੂੰ, ਭਾਈ ਹਵਾਰੇ ਹੋਣਾ ਨੂੰ, ਨਾ ਭਾਈ ਰਾਜੋਵਾਨੇ ਹੋਣਾ ਨੂੰ ਇਹ ਕਾਨੂੰਨ ਹੱਥ 'ਚ ਲੈਣਾ ਪੈਂਦਾ ਤੇ ਇਹਨੂੰ ਸੋਧਣਾ ਪੈਂਦਾ। ਜੇ ਸੋਧਣਾ ਪਿਆ ਕਿਉਂ? ਕਿਉਂਕਿ ਆਪਣਾ ਸੰਵਿਧਾਨ ਜਿਹੜਾ ਇਹਨਾਂ ਦਾ
ਉਹ ਕਹਿੰਦਾ ਵੀ ਤੁਸੀਂ ਝੂਠੇ ਮੁਕਾਬਲੇ ਨਹੀਂ ਬਣਾ ਸਕਦੇ, ਤੁਸੀਂ ਹਰ ਮੁਜਰਮ ਨੂੰ ਕੋਰਟ 'ਚ ਪੇਸ਼ ਕਰਨਾ। ਪਰ ਇਹਨਾਂ ਨੇ ਆਪਣੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਲੱਖਾਂ ਸਿੱਖ ਨੌਜਵਾਨਾਂ ਦਾ ਘਾਣ ਕੀਤਾ। ਅਸੀਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਸਿੱਖਾਂ ਦੇ ਜਿਨ੍ਹਾਂ ਬਿਆਨਤੇ ਨੂੰ ਨੱਥ ਪਾਉਣ ਲਈ ਭਾਈ ਦਿਲਾਵਰ ਸਿੰਘ ਵਰਗਿਆਂ ਨੇ ਆਪਣੇ ਲੱਕ ਨਾਲ ਬੰਬ ਬੰਨ ਕੇ ਸ਼ਹੀਦੀ ਦਿੱਤੀ ਹੈ। ਨਹੀਂ ਤੇ ਅੱਜ ਹੋ ਸਕਦਾ ਜਿੰਨਿਆਂ ਨੌਜਵਾਨ ਬੈਠੇ ਸਾਡੇ ਮਾਂ ਪਿਓ ਹੀ ਨਾ ਹੁੰਦੇ ਤੇ ਅਸੀਂ ਕਿੱਥੋਂ ਪੈਦਾ ਹੋਣਾ। ਸੋ ਸਾਨੂੰ ਇੱਕ ਗੱਲ ਸੋਚਣ ਲਈ ਮਜਬੂਰ ਹੋਣਾ ਪੈਣਾ ਹੈ। ਸਾਨੂੰ ਇੱਕ ਗੱਲ ਸੋਚਣ ਲਈ ਖਾਲਸਾ ਜੀ ਮਜਬੂਰ ਹੋਣਾ ਪੈਣਾ। ਉਹ ਇਹ ਗੱਲ ਹੈ ਵੀ ਇਹ ਚੱਕਰ ਕਿੰਨਾ ਕੁ ਚਿਰ ਘੁੰਮੂ, ਸਾਡੇ ਬੰਦੇ ਚੱਕੇ ਜਾਣਗੇ, ਸਾਡੇ ਤੇ ਜ਼ੁਲਮ ਹੋਊ, ਸਾਡੇ ਬੰਦੇ ਉਸ ਜ਼ੁਲਮ ਦਾ ਅਦਾਲਤਾਂ ਇਨਸਾਫ ਨਾ ਕਰਨਗੀਆਂ, ਸਾਡੇ ਬੰਦੇ ਉਸ ਦਾ ਇਨਸਾਫ ਕਰਨਗੇ, ਉਹਨਾਂ ਨੂੰ ਕੈਦ ਹੋਊ ਜਾਂ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ, ਉਹਨਾਂ ਨੂੰ ਕੈਦ ਹੋਊ, ਅਸੀਂ ਉਹਨਾਂ ਨੂੰ ਛਡਾਉਣ ਲਈ ਮੋਰਚੇ ਲਾਵਾਂਗੇ, ਧਰਨੇ ਲਾਵਾਂਗੇ, ਤੇ ਇੱਥੇ ਧਰਨਿਆਂ ਮੋਰਚਿਆਂ ਦੇ ਵਿੱਚ ਫਿਰ ਸਾਡੇ ਬੰਦੇ ਚੁੱਕੇ ਜਾਣਗੇ, ਫਿਰ ਉਹਨਾਂ ਨੂੰ ਛਡਾਉਣ ਲਈ ਮੋਰਚੇ ਲਾਵਾਂਗੇ। ਬਰਗਾੜੀ ਦੇ ਵਿੱਚ ਇਹੋ ਕੁਝ ਵਾਪਰਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉਸ ਬੇਅਦਬੀ ਦੇ ਇਨਸਾਫ਼ ਲਈ ਸਿੱਖ ਛੜਕਦੇ ਬੈਠੇ, ਉਹਨਾਂ ਬੈਠੇ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ ਦੋ ਸਿੱਖ ਸ਼ਹੀਦ ਕਰ ਦਿੱਤੇ। ਅੱਜ ਉਹਨਾਂ ਦੋਵਾਂ ਸਿੱਖਾਂ ਦੇ ਇਨਸਾਫ਼ ਵਾਸਤੇ ਇੱਕ ਵੱਖਰਾ ਮੋਰਚਾ ਲੱਗਾ। ਹੁਣ ਦੱਸੋ ਮੈਨੂੰ ਇਸ ਚੱਕਰ ਚੋਂ ਨਿਕਲਣਾ ਕਿਵੇਂ ਆ? ਇਹ ਚੱਕਰ ਜਦੋਂ ਸਾਰੀਆਂ ਤੰਦਾਂ ਫਰੋਲਦੇ ਆ ਆਪਾਂ, ਅਖੀਰ ਨੂੰ ਜਾ ਕੇ ਗੱਲ ਗੁਲਾਮੀ ਤੇ ਜੁੜ ਜਾਂਦੀ ਹੈ। ਅਸੀਂ ਗੁਲਾਮ ਆ ਤੇ ਗੁਲਾਮਾਂ ਦੀ ਕੌਮ ਦੇ ਨਾਲ ਇਹ ਵਤੀਰਾ ਆਮ ਗੱਲ ਹੈ। ਇਹ ਨਾ ਸੋਚਿਆ ਕਰੋ ਜੇ ਸਾਡੇ ਕੋਠੀਆਂ ਆ ਗਈਆਂ, ਘਰ ਆ ਗਏ ਤੇ ਕਾਰਾਂ ਆ ਗਈਆਂ ਤੇ ਅਸੀਂ ਗੁਲਾਮ ਨਹੀਂ ਰਹੇ। ਗੁਲਾਮੀ ਆਰਥਿਕਤਾ ਤੇ ਨਹੀਂ ਟਿਕੀ। ਦਿੱਲੀ ਦੇ ਸਿੱਖ ਜਿਹੜੇ ਬੜੇ ਧਨਾੜ ਸਨ, ਜਿਹੜੇ ਵਿੱਚ ਰੇੜੀਆਂ ਲਾਉਣ ਵਾਲੇ, ਸਿਗਰਟਾਂ ਵੇਚਣ ਵਾਲੇ, ਖੋਖੇ ਲਾਉਣ ਵਾਲੇ ਬੰਦੇ ਉਹਨਾਂ ਦੇ ਘਰਾਂ ਚ ਵੜੇ, ਉਹਨਾਂ ਦੇ ਘਰਾਂ ਚ ਵੜ ਕੇ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ। ਵੱਡੇ ਵੱਡੇ ਜਿਹੜੇ ਏਅਰ ਮਾਰਸ਼ਲ ਅਰਜਨ ਸਿੰਘ ਵਰਗੇ ਆ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ, ਜਿਨ੍ਹਾਂ ਨੂੰ ਅਣਗਿਣਤ ਮੈਡਲ ਮਿਲੇ, ਉਹਨਾਂ ਦੇ ਘਰ ਦੇ ਵਿੱਚ ਜਦੋਂ ਭੀੜ ਬਣ ਲੱਗੀ, ਉਹਨਾਂ ਗੋਲੀ ਚਲਾਈ ਅੱਗਿਓਂ ਤੇ ਪੁਲਿਸ ਆਈ, ਪੁਲਿਸ ਉਹਨਾਂ ਦਾ ਅਸਲਾ ਜ਼ਬਤ ਕਰਕੇ ਲੈ ਗਈ ਵੀ ਭੀੜ ਵਾਸਤੇ ਇਹ ਸੌਖਾ ਹੋਵੇ ਵੀ ਤੁਹਾਡੇ ਘਰ ਵੜ ਜਾਣਾ। ਸੋ ਇਹ ਗੱਲ ਸਮਝ ਲਈਏ, ਗੁਲਾਮਾਂ ਦੀ ਜ਼ਿੰਦਗੀ ਤੇ ਦੂਜਿਆਂ ਦੀ ਜ਼ਿੰਦਗੀ ਚ ਫਰਕ ਹੁੰਦਾ ਹੈ। ਆਰਾਮ ਰਹੀਮ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ ਹੈ, ਜਿਹਦੇ ਤੇ ਬਲਾਤਕਾਰ ਦਾ ਇਲਜ਼ਾਮ ਹੈ, ਜਿਹਦੇ ਤੇ ਬੰਬ ਧਮਾਕੇ ਦਾ ਜਿਹੜਾ ਮੌੜ ਬੰਬ ਧਮਾਕਾ ਹੋਇਆ ਜਿੱਥੇ 6 ਬੱਚੇ ਮਾਰੇ ਗਏ ਆ, ਉਹ ਬੰਬ ਧਮਾਕਾ ਉਹ ਬਾਂਬੇ ਦੇ ਡੇਰੇ ਤੇ ਬਣਿਆ। ਉਸ ਰਾਮ ਰਹੀਮ ਨੂੰ ਸਾਲ ਦੇ ਵਿੱਚ 6 ਵਾਰੀ ਪਰੋਲ ਮਿਲ ਜਾਂਦੀ ਹੈ ਤੇ ਸਿੱਖਾਂ ਨੂੰ 30-30 ਸਾਲ, 35-35 ਸਾਲ ਹੋ ਗਏ ਨੇ ਸਜ਼ਾਵਾਂ ਪੂਰੀਆਂ ਕਰਕੇ। ਇਹਨਾਂ ਨੂੰ ਅਜੇ ਵੀ ਪਰੋਲ ਨਾ ਛੱਡੋ, ਇਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣ ਕੋ ਮਾਂ ਮਰ ਜਾਵੇ ਨਾ ਕਿਸੇ ਬੰਦੀ ਸਿੰਘ ਦੀ, ਉਹਨੂੰ ਅੱਧੇ ਘੰਟੇ ਲਈ ਰਿਹਾਈ ਨਹੀਂ ਦਿੰਦੇ। ਉਹ ਸਿੰਘੋ ਸ਼ਾਂਤੀ ਰੱਖੋ, ਉੱਪਰ ਚੁੱਪ ਚੁੱਪ। ਸੋ ਅੱਜ ਇੱਥੇ ਆਪਾਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਹਾਂ। ਮੈਂ ਬਹੁਤ ਰਿਣੀ ਹਾਂ ਉਹਨਾਂ ਲੋਕਾਂ ਦਾ ਜਿਹੜੇ ਇੱਥੇ ਆਉਂਦੇ ਨੇ ਆਪਣਾ ਸਮਾਂ ਕੱਢ ਕੇ। ਇਹਨਾਂ ਸਿੱਖਾਂ ਦੀ ਬੇਸ਼ੱਕ ਸਾਡੀ ਕਿਸੇ ਦੀ ਰਿਸ਼ਤੇਦਾਰੀ ਨਹੀਂ ਕਿਸੇ ਨਾਲ, ਪਰ ਅਸੀਂ ਕੌਮੀ ਸਾਂਝ ਚੋਂ, ਕੌਮੀ ਦਰਦ ਚੋਂ ਆ ਰਹੇ ਹਾਂ। ਕੌਮੀ ਸਾਂਝ ਕੀ ਹੈ? ਇਹਨਾਂ ਦੀ ਵੀ ਕੋਈ ਸਾਂਝ ਨਹੀਂ ਸੀ ਜਿਨ੍ਹਾਂ ਦੇ ਬੇਨਤੇ ਦੇ, ਜਿਨ੍ਹਾਂ ਦੇ ਘਰਾਂ ਚੋਂ ਚੁੱਕ ਚੁੱਕ ਕੇ ਪੁੱਤ ਮਰਵਾਏ? ਭਾਈ ਤਾਰੇ ਦੀ, ਭਾਈ ਦਿਲਾਵਰ ਸਿੰਘ ਹੁਣਾਂ ਦੇ ਭੂਆ ਦੇ ਪੁੱਤ ਜਾਂ ਮਾਮੇ ਦੇ ਪੁੱਤ ਨਹੀਂ ਸਨ ਉਹ। ਸਾਂਝ ਕੀ ਹੈ? ਸਿੱਖ ਹੋਣ ਦੇ ਨਾਤੇ ਅਸੀਂ ਸਾਰੇ ਭਰਾ ਆ, ਸਾਡੀ ਇੱਕ ਕੌਮੀ ਸਾਂਝ ਹੈ, ਧਰਮ ਦਾ ਸਾਡਾ ਰਿਸ਼ਤਾ ਹੈ ਭੈਣ ਭਰਾਵਾਂ ਦਾ। ਸੋ ਇਸ ਕਰਕੇ ਅਸੀਂ ਇੱਕ ਦੂਜੇ ਦਾ ਦਰਦ ਸਮਝਦੇ ਤੇ ਜੇ ਅੱਜ ਅਸੀਂ ਦਰਦ ਸਮਝਦੇ ਹਾਂ, ਮੈਂ ਇੱਕ ਗੱਲ ਇੱਥੋਂ ਦੇ ਪ੍ਰਬੰਧਕਾਂ ਨੂੰ ਵੀ ਕਹਿਣਾ ਚਾਹੁੰਦਾ, ਇੱਥੇ ਸਾਰੀ ਆਈ ਸੰਗਤ ਨੂੰ ਵੀ ਕਹਿਣਾ ਚਾਹੁੰਦਾ, ਮੋਰਚੇ ਪਹਿਲਾਂ ਵੀ ਬਹੁਤ ਲੱਗੇ ਆ, ਬਰਗਾੜੀ ਦਾ ਵੱਡਾ ਮੋਰਚਾ ਲੱਗਾ, ਸੰਗਤਾਂ ਦੇ ਹੱਥ ਚ ਨਿਰਾਸ਼ਾ ਲੱਗੀ, ਸੰਗਤਾਂ ਦੇ ਹੱਥ ਚ ਨਿਰਾਸ਼ਾ ਲੱਗੀ। ਉਸ ਤੋਂ ਬਾਅਦ ਚ ਕਈ ਮੋਰਚੇ ਲੱਗੇ, ਇੱਥੋਂ ਤੱਕ ਵੀ ਦਿੱਲੀ ਦਾ ਮੋਰਚਾ ਲੱਗਾ, ਜਿਨ੍ਹਾਂ ਨੌਜਵਾਨਾਂ ਦੇ ਸਿਰ ਵਸੇਰੋਂ ਮੋਰਚਾ ਲੱਗਾ ਸੀ, ਜਿਨ੍ਹਾਂ ਨੇ ਪੰਜਾਬ ਚੋਂ ਕੱਢ ਕੇ ਦਿੱਲੀ ਪਹੁੰਚਾਇਆ ਸੀ, ਉਹਨਾਂ ਨੌਜਵਾਨਾਂ ਨੂੰ ਸਟੇਜਾਂ ਤੋਂ ਧੱਕੇ ਮਾਰੇ ਗਏ। ਦੀਪ ਸਿੱਧੂ ਜਿਹਨੇ ਪੰਥ ਦੀ ਖਾਤਰ, ਜਿਹਨੇ ਪੰਜਾਬ ਦੀ ਖਾਤਰ ਆਪਣਾ ਲਹੂ ਡੋਲਿਆ, ਜਿਹੜਾ ਸ਼ਹੀਦ ਹੋ ਗਿਆ, ਜਿਹਨੂੰ ਹਕੂਮਤ ਨੇ ਧੋਖੇ ਨਾਲ ਸ਼ਹੀਦ ਕੀਤਾ, ਉਸ ਨੂੰ ਸਟੇਜਾਂ ਦੇ ਉੱਤੋਂ ਗਦਾਰ ਕਿਹਾ ਗਿਆ। ਜਦੋਂ ਦਿੱਲੀ ਮੋਰਚਾ ਲੱਗਾ 10 ਦਸੰਬਰ ਨੂੰ, ਮਨੁੱਖੀ ਅਧਿਕਾਰ ਦਿਹਾੜਾ ਹੁੰਦਾ, 10 ਦਸੰਬਰ ਨੂੰ ਇਹਨਾਂ ਨੇ ਉੱਥੇ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ। ਅਗਰਾਹ ਨੇ
ਅਗਰਾਹਾਂ ਬਹੁਤੇ ਇੱਥੇ ਭੁਲੇਖ ਚ ਨੇ ਵੀ ਅਗਰਾਹਾਂ ਸਿੱਖ ਹੈ। ਤੁਸੀਂ ਉਹਦੀ ਕਰਤੂਤ ਵੇਖੋ, 10 ਤਰੀਕ ਨੂੰ ਉਹਨੇ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ। ਜਿਹੜੇ ਨਕਸਲੀ ਅੰਦਰ ਦਿੱਤੇ ਹੈ ਉਹਨਾਂ ਦੇ ਸਕਾਲਰ, ਜਿਹੜੇ ਨਕਸਲੀਆਂ ਦੇ ਹੱਕ ਚ ਲਿਖਣ ਵਾਲੇ ਜਿਨ੍ਹਾਂ ਨੂੰ ਜੇਲ੍ਹ ਹੋਈ ਹੈ, ਉਹਨਾਂ ਸਾਰਿਆਂ ਦੇ ਤਸਵੀਰਾਂ ਉੱਥੇ ਲਾਈਆਂ ਗਈਆਂ। ਮਨੁੱਖੀ ਅਧਿਕਾਰ ਦਿਹਾੜੇ ਤੇ ਪੰਜਾਬ ਦੀ ਜਥੇਬੰਦੀ ਅਗਰਾਹਾਂ, ਉਹਨੂੰ ਮੰਨਣ ਵਾਲੇ ਸਿੱਖ ਨੇ, ਕਈ ਉੱਚੋ ਅਮਰਧਾਰੀ ਸਿੱਖ ਨੇ, ਉੱਥੇ ਸ਼ਰਮ ਨਾ ਆਈ ਕਿਸੇ ਨੂੰ ਜਦੋਂ ਉੱਥੇ ਇੱਕ ਵੀ ਬੰਦੀ ਸਿੰਘ ਦੀ ਤਸਵੀਰ ਨਾ ਲਾਈ ਗਈ। ਹੁਣ ਤੁਸੀਂ ਮੈਨੂੰ ਦੱਸੋ ਵੀ ਉਹਨਾਂ ਬੰਦਿਆਂ ਦੇ ਅੱਜ ਵੀ ਆਪਾਂ ਪਿੱਛੇ ਲੱਗੇ ਹਾਂ, ਉਸ ਸਟੇਜ ਤੇ ਕੀ ਕੁਝ ਵਾਪਰਿਆ ਇਹ ਸਾਨੂੰ ਪਤਾ। ਉੱਥੇ ਸਿੱਖਾਂ ਨੇ ਆਪਣੀ ਇੱਕ ਦੇ ਜ਼ੋਰ ਨਾਲ ਹਰਿਆਣਾ ਨਗਾ ਕੇ ਉੱਥੇ ਪਹੁੰਚਾਇਆ, ਜਦੋਂ 26 ਜਨਵਰੀ ਨੂੰ ਝੰਡਾ ਚੜਾ ਦਿੱਤਾ। ਹੁਣ ਦੱਸੋ ਕੀ ਏਡਾ ਗਨਾਹ ਸੀ ਭਾਈ? ਹੁਣ ਲੱਗਦਾ ਨਾ ਆਪਾਂ ਨੂੰ, ਉਦੋਂ ਸਾਰੇ ਹੀ ਆਪਾਂ ਖਰਾਬ ਹੋ ਗਏ ਸਾਂ। ਇਸ ਕਰਕੇ ਆਪਾਂ ਸਹਿਜ ਚ ਰਹਿ ਕੇ ਸੋਚਿਆ ਕਰੀਏ, ਜਿਹੜਾ ਆਪਣੇ ਕੌਮ ਦੇ ਹਿੱਤਾਂ ਲਈ ਕੋਈ ਘਰੋਂ ਨਿਕਲਦਾ, ਜਿਹੜਾ ਕੌਮ ਦੀ ਆਵਾਜ਼ ਚੁੱਕਦਾ, ਇੱਕ ਮਿੰਟ ਦੇ ਵਿੱਚ ਉਹਨੂੰ ਗਦਾਲੀਆ ਸਰਟੀਫਿਕੇਟ ਨਾ ਦੇ ਦਿਆ ਕਰੀਏ। ਕਿਉਂਕਿ ਦੇਖੋ ਬਹੁਤ ਸਮੇਂ ਬਾਅਦ ਸਾਨੂੰ ਦੀਪ ਸਿੱਧੂ ਵਰਗੇ ਆਗੂ ਮਿਲਦੇ ਆ, ਪਰ ਅਸੀਂ ਕਰਦੇ ਕੀ ਹਾਂ? ਅਸੀਂ ਉਹਨਾਂ ਦੀ ਪੈਰ ਪੈਰ ਤੇ ਪ੍ਰੀਖਿਆ ਲੈਂਦੇ, ਉਹਦਾ ਨਤੀਜਾ ਕੀ ਨਿਕਲਦਾ? ਸਾਡਾ ਨੌਜਵਾਨ ਦਿੱਲੀਓਂ ਆਉਂਦਾ ਧੋਖੇ ਨਾਲ ਮਾਰ ਦਿੱਤਾ, ਔਰ ਉਹਦਾ ਕੁਛ ਬਣਿਆ? ਕੁਛ ਨਹੀਂ ਬਣਿਆ। ਸੋ ਸਾਨੂੰ ਇੱਕ ਗੱਲ ਹੋਰ ਸਮਝਣੀ ਚਾਹੀਦੀ ਹੈ, ਅੱਜ ਸਮਾਂ ਉਹ ਆ ਗਿਆ ਜੇ ਤੇ ਗੱਲ ਕਰਨੀ ਹੈ ਬੰਦੀ ਸਿੰਘਾਂ ਨੂੰ ਛਡਾਉਣ ਦੀ, ਤੇ ਮਸਲੇ ਦੀ ਜੜ ਤੱਕ ਨਹੀਂ ਪਹੁੰਚਣਾ, ਤੇ ਫਿਰ ਤੇ ਇਹ ਚੱਕਰ ਵਿਊ ਹੈ, ਇਹਦੇ ਚ ਫਸ ਕੇ ਰਵਾਂਗੇ, ਕਦੀ ਬਾਹਰ ਨਹੀਂ ਆ ਸਕਦੇ। ਤੇ ਜੇ ਗੱਲ ਕਰਾਂਗੇ ਗੁਲਾਮੀ ਦੀ, ਜੇ ਗੱਲ ਕਰਾਂਗੇ ਆਜ਼ਾਦੀ ਲੈਣ ਦੀ, ਜੇ ਗੱਲ ਕਰਾਂਗੇ ਆਪਣੇ ਰਾਜ ਦੀ ਪ੍ਰਾਪਤੀ ਦੀ, ਤੇ ਇੱਕ ਵਾਰੀ ਤੇ ਤੰਗੀ ਆਊਗੀ, ਇੱਕ ਵਾਰੀ ਸੰਘਰਸ਼ ਲੰਮਾ ਕਰਨਾ ਪਊਗਾ, ਸਿਰ ਦੇਣੇ ਪੈਣਗੇ। ਮੈਂ ਅੱਗੇ ਬੀਜੀਆਂ ਥਾਵਾਂ ਤੇ ਗੱਲ ਕੀਤੀ ਹੈ, ਮੈਂ ਇੱਥੇ ਵੀ ਕਰ ਦਿੰਦਾ, ਗੋਲ ਗੋਲ ਗੱਲਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ। ਦੇਖੋ ਰਾਜ ਬਿਨਾਂ ਨਹਿ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜਬਲ ਸੇ। ਰਾਜ ਕਿਸੇ ਨੂੰ ਕੋਈ ਥਾਲੀ ਚ ਧਰ ਕੇ ਨਹੀਂ ਦਿੰਦਾ, ਕਿਸੇ ਕੋਲ ਵਾਧੂ ਵੀ ਪਿਆ ਹੋਵੇ ਤਾਂ ਵੀ ਨਹੀਂ ਦਿੰਦਾ। ਸਾਨੂੰ ਆਪਣਾ ਰਾਜ ਲੜ ਕੇ ਲੈਣਾ ਪੈਣਾ, ਤੇ ਜਿੰਨਾ ਚਿਰ ਰਾਜ ਨਹੀਂ ਲੈਂਦੇ ਉਹਨਾਂ ਚਿਰ ਸਿੱਖਾਂ ਦੇ ਬੱਚੇ ਇਹ ਹਿੰਦੁਸਤਾਨ ਦੀ ਜਿਹੜੀ ਪਿੰਜਰਾ ਬਣਾਇਆ ਸਿੱਖਾਂ ਵਾਸਤੇ ਨਾ, ਇਹਦੇ ਚ ਤੜਫ ਤੜ ਕੇ ਮੰਨਗੇ, ਕੋਈ ਨਹੀਂ ਰੋਕ ਸਕਦਾ। ਤੇ ਰਾਜ ਦੀ ਪ੍ਰਾਪਤੀ ਕਰਾਂਗੇ, ਘੱਟ ਖਾ ਲਵਾਂਗੇ, ਰੁੱਖੀ ਖਾ ਲਵਾਂਗੇ, ਪਰ ਗੈਰਤ ਤੇ ਅਣਖ ਦੀ ਖਾਵਾਂਗੇ। ਇਹ ਕਈ ਪੁੱਛਦੇ ਵੀ ਤੁਹਾਨੂੰ ਪੋਰਟ ਨਹੀਂ ਲੱਗਦੀ ਜੀ, ਤੁਹਾਨੂੰ ਬੰਦਰਗਾਹ ਨਹੀਂ ਲੱਗਦੀ, ਤੁਹਾਨੂੰ ਆਹ ਨਹੀਂ ਲੱਗਦਾ, ਤੁਸੀਂ ਵਪਾਰ ਕਿੰਨਾ ਕਰੋਗੇ? ਮੇਰਾ ਇੱਕੋ ਹੀ ਜਵਾਬ ਹੁੰਦਾ, ਪਿੰਜਰੇ ਦੇ ਵਿੱਚ ਪਏ ਕਿਸੇ ਸ਼ੇਰ ਨੂੰ ਤੁਸੀਂ ਇਹ ਪੁੱਛੋ ਵੀ ਬਾਹਰ ਨਿਕਲ ਕੇ ਕਿਹੜੇ ਇਲਾਕੇ ਚ ਜਾਏਗਾ, ਕਿਹੜੇ ਇਲਾਕੇ ਚ ਜਾ ਕੇ ਸ਼ਿਕਾਰ ਕਰੇਗਾ, ਕੀ ਕਰੇਗਾ, ਕਿੰਨਾ ਲੜੇਗਾ? ਇਹ ਸਵਾਲ ਭਵਿੱਖ ਦੇ ਨੇ, ਅਸੀਂ ਜਵਾਬ ਦੇਣੀ ਹੈਗੇ ਇਹਨਾਂ ਦੇ। ਪਿੰਜਰੇ ਚ ਪਈ ਕਿਸੇ ਕੌਮ ਨੂੰ ਇਹ ਸਵਾਲ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦੇ ਉੱਤੇ ਆਜ਼ਾਦੀ ਦੇ ਸੰਘਰਸ਼ ਚੱਲ ਰਹੇ ਨੇ, ਫਲਸਤੀਨ ਦੀ ਆਜ਼ਾਦੀ ਦਾ ਸੰਘਰਸ਼ ਚੱਲਦਾ ਹੈ, ਖੱਬੇ ਪੱਖੀ ਸਾਰੇ ਉਹਨਾਂ ਦੀ ਮੈਚ ਨੇ, ਆ ਜਿਹੜੇ ਕਾਮਰੇਡ ਨੇ ਦੁਨੀਆਂ ਭਰ ਦੇ, ਇਹ ਸਾਰੇ ਫਲਸਤੀਨ ਦੀ ਮੈਚ ਨੇ। ਇਹ ਕਦੀ ਫਲਸਤੀਨੀਆਂ ਨੂੰ ਨਹੀਂ ਪੁੱਛਦੇ ਵੀ ਇੱਥੇ ਰਾਜ ਆਊਗਾ ਤੁਸੀਂ ਕਿਵੇਂ ਚਲਾਓਗੇ, ਸਮੁੰਦਰ ਤੇ ਉੱਥੇ ਵੀ ਕੋਈ ਨਹੀਂ ਲੱਗਦਾ, ਇੱਥੇ ਰਾਜ ਆਊਗਾ ਤੁਸੀਂ ਧਰਮ ਦਾ ਰਾਜ ਕਰੋਗੇ ਜਾਂ ਤੁਸੀਂ ਇੱਥੇ ਡੈਮੋਕ੍ਰੇਸੀ ਲੈ ਕੇ ਆਓਗੇ। ਸੋ ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਖਾਲਸਾ ਜੀ, ਇਹ ਸਵਾਲ ਸਾਨੂੰ ਕਿਉਂ ਹੁੰਦੇ ਨੇ, ਇਹ ਖੱਬੇ ਪੱਖੀ ਸੱਜੇ ਪੱਖੀ ਹਿੰਦੁਸਤਾਨ ਦੇ ਵਿੱਚ। ਹੁਣੇ ਰਾਹੁਲ ਗਾਂਧੀ ਯਾਤਰਾ ਕੱਢ ਕੇ ਹਟਿਆ ਜੀ, ਭਾਰਤ ਜੋੜੋ ਯਾਤਰਾ। ਭਾਰਤ ਜੋੜੋ ਯਾਤਰਾ ਦਾ ਅਰਥ ਕੀ ਹੈ? ਭਾਰਤ ਜੁੜਿਆ ਕਿਵੇਂ ਹੈ? ਜਦੋਂ ਸਿੱਖਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਵੰਡ ਦੇ ਵੇਲੇ ਪਾਕਿਸਤਾਨ ਨਾ ਜਾਓ ਤੇ ਤੁਸੀਂ ਇੱਧਰ ਆਓ, ਤੁਹਾਨੂੰ ਨਾਰਥ ਇੰਡੀਆ ਉੱਤਰੀ ਭਾਰਤ ਦੇ ਵਿੱਚ ਇੱਕ ਸੌਵਰਨ ਖਿੱਤਾ ਆਜ਼ਾਦ ਕੀਤਾ ਦੇਵਾਂਗੇ ਜਿੱਥੇ ਤੁਸੀਂ ਆਪਣਾ ਧਰਮ ਮਾਣ ਸਕੋ। ਤੇ ਔਰ ਕੁਛ ਦਿਨਾਂ ਬਾਅਦ ਸਰਦਾਰ ਪਟੇਲ ਦਾ ਬਿਆਨ ਆਵੇ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹ ਭਾਰਤ ਜੋੜੋ ਹੈ, ਸਾਡਾ ਪਾਣੀ ਲੁੱਟਿਆ ਜਾਵੇ, ਸਾਰੇ ਹੀ ਸੂਬੇ ਜਿਹੜੇ ਨੇ ਉਹ ਬੋਲੀ ਦੇ ਆਧਾਰ ਤੇ ਬਣਨ, ਗੁਜਰਾਤੀਆਂ ਨੂੰ ਇੱਕ ਦਿਨ ਅੱਧੇ ਘੰਟੇ ਦੀ ਜੇਲ੍ਹ ਨਹੀਂ ਕੱਟਣੀ ਪਈ ਗੁਜਰਾਤ ਬਣਾਉਣ ਵਾਸਤੇ, ਤਾਮਿਲਾਂ ਨੂੰ ਨਹੀਂ ਕੱਟਣੀ ਪਈ, ਦੂਜਿਆਂ ਨੂੰ ਨਹੀਂ ਕੱਟਣੀ ਪਈ, ਮਦਰਾਸੀਆਂ ਨੂੰ ਨਹੀਂ ਕੱਟਣੀ ਪਈ, ਜਿਹੜੇ ਮਰਾਠੇ ਨੇ ਉਹਨਾਂ ਨੂੰ ਨਹੀਂ ਕੱਟਣੀ ਪਈ। ਸਾਡੀ ਵਾਰੀ ਆਈ, 16 ਸਾਲ ਸਾਡੇ ਬਜ਼ੁਰਗਾਂ ਨੇ ਧੱਕੇ ਖਾਧੇ, ਸਾਡੇ ਬੱਚੇ ਕਤਲ ਕਰ ਦਿੱਤੇ ਛੋਟੇ ਛੋਟੇ, ਇਸ ਕਰਕੇ ਅਸੀਂ ਬੋਲੀ ਦੇ ਆਧਾਰ ਦੇ ਉੱਤੇ ਆਪਣਾ ਸੂਬਾ ਮੰਗਦੇ ਹਾਂ ਜਿਹੜਾ ਸਾਰਿਆਂ ਨੂੰ ਵੈਸੇ ਹੀ ਮਿਲ ਗਿਆ। ਜਿਹੜਾ ਰਿਪੇਰੀਅਨ ਕਾਨੂੰਨ, ਜਿਸ ਕਾਨੂੰਨ ਦੇ ਤਹਿਤ ਹਿੰਦੁਸਤਾਨ ਚੀਨ ਕੋਲੋਂ ਪਾਣੀ ਲੈਂਦਾ, ਜਿਸ ਕਾਨੂੰਨ ਦੇ ਤਹਿਤ ਹਿੰਦੁਸਤਾਨ ਆਪਣੇ ਸੂਬਿਆਂ ਚ ਪਾਣੀ ਦੀ ਵੰਡ ਕਰਦਾ, ਜਿਸ ਕਾਨੂੰਨ ਦੇ ਤਹਿਤ ਹਿੰਦੁਸਤਾਨ ਪਾਕਿਸਤਾਨ ਨੂੰ ਪਾਣੀ ਦਿੰਦਾ, ਉਸ ਕਾਨੂੰਨ ਨੂੰ ਛਿੱਕੇ ਟੰਗ ਕੇ
ਉਸੇ ਕਾਨੂੰਨ ਨੂੰ ਪੰਜਾਬ ਦਾ ਪਾਣੀ ਪੰਜਾਬ ਦੇ ਕੋਲੋਂ ਖੋਹ ਕੇ ਹਰਿਆਣਾ ਯੂਪੀ ਸੋਰੀ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਵੰਡਿਆ ਗਿਆ। ਉੱਥੋਂ ਯਮੁਨਾ ਲੰਘਦੀ ਹੈ, ਗੰਗਾ ਲੰਘਦੀ ਹੈ, ਗੰਗਾ ਦਾ ਪਾਣੀ ਪੰਜਾਬ ਨਾਲੋਂ ਚਾਰ ਗੁਣਾ ਸਾਰੇ ਪਾਣੀ ਨਾਲੋਂ ਅਣਵਰਤਿਆ ਸਮੁੰਦਰ ਚ ਡਿੱਗਦਾ। ਕਿਸੇ ਨੇ ਨੀ ਕਿਹਾ ਵੀ ਗੰਗਾ ਦਾ ਪਾਣੀ ਪੰਜਾਬ ਨੂੰ ਦੇ ਦਈਏ, ਇੱਥੇ ਪਾਣੀ ਦੀ ਲੋੜ ਹੈ। ਜੇ ਗ੍ਰੀਨ ਰੈਵੋਲਿਊਸ਼ਨ ਦਾ ਐਕਸਪੈਰੀਮੈਂਟ ਕਰਨਾ ਸੀ ਤੇ ਪੰਜਾਬ ਦੀ ਧਰਤੀ ਵਰਤੀ ਗਈ, ਸਾਡਾ ਖਾਣ ਪੀਣ ਖਰਾਬ ਹੋਇਆ, ਪੰਜਾਬ ਅੱਜ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਿਆ ਕੈਂਸਰ ਦੇ ਮਸਲਿਆਂ ਦੇ ਵਿੱਚ। ਹੁਣ ਦੱਸੋ ਇਹ ਜਿਹੜਾ ਭਾਰਤ ਜੋੜੋ ਹੈ ਤੁਹਾਡਾ, ਫਿਰ ਜਦੋਂ ਅਸੀਂ ਹੱਕ ਮੰਗੇ ਅਨੰਦਪੁਰ ਦਾ ਮਤਾ ਬਣਾਇਆ, ਅਨੰਦਪੁਰ ਦੇ ਮਤੇ ਚ ਸਾਰੇ ਸੂਬਿਆਂ ਦੀ ਭਲਾਈ ਸੀ, ਸਾਰਿਆਂ ਦਾ ਸੱਭਿਆਚਾਰ ਬਚੇ, ਸਾਰਿਆਂ ਦੀ ਬੋਲੀ ਬਚੇ, ਸਾਰਿਆਂ ਦਾ ਪਹਿਰਾਵਾ ਬਚੇ, ਸਾਰੇ ਆਪੋ ਆਪਣੇ ਖਿੱਤੇ ਦੇ ਮਾਲਕ ਹੋਣ। ਉਸ ਮਤੇ ਨੂੰ ਇਹਨਾਂ ਵੱਖਵਾਦੀ ਮਤਾ ਕਹਿ ਕੇ ਤੇ ਸਾਡੇ ਤੇ ਟੈਂਕ ਚਾੜੇ, ਸਾਡੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਇਹ ਭਾਰਤ ਜੋੜੋ ਸੀ। ਜਦੋਂ ਸਾਡੇ ਨੌਜਵਾਨਾਂ ਨੂੰ ਪਿੰਡਾਂ ਚੋਂ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, 16-16 ਸਾਲਾਂ ਦੇ ਨੌਜਵਾਨ ਉਹ ਤੁਹਾਡੇ ਜਿਹੜੇ ਨੌਜਵਾਨ ਸਨ ਛੋਟੇ ਛੋਟੇ, ਜਿਹੜੇ ਘਰੋਂ ਪੱਠੇ ਵੱਢਣ ਗਏ, ਜਿਹੜੇ ਸਕੂਲੇ ਗਏ, ਜਿਨ੍ਹਾਂ ਨੂੰ ਰਾਹ 'ਚ ਫੜ ਕੇ ਮੁਕਾਬਲਾ ਬਣਾ ਕੇ ਤੇ ਆਪਣੇ ਮੈਡਲ ਗਲਾਂ 'ਚ ਪਵਾ ਲਏ ਤੇ ਇਹ ਕਹਿ ਦਿੱਤਾ ਵੀ ਬੜਾ ਤਗੜਾ ਅੱਤਵਾਦੀ ਮਾਰਿਆ। ਇਹ ਸੀ ਭਾਰਤ ਜੋੜੋ। ਉਸ ਤੋਂ ਬਾਅਦ ਦਿੱਲੀ ਦੀਆਂ ਗਲੀਆਂ ਸੜਕਾਂ ਦੇ ਵਿੱਚ ਹਜ਼ਾਰਾਂ ਸਿੱਖ ਬੀਬੀਆਂ ਦਾ 3 ਦਿਨ ਲਗਾਤਾਰ ਬਲਾਤਕਾਰ ਕੀਤਾ ਗਿਆ, ਇਹ ਭਾਰਤ ਜੋੜੋ ਸੀ। ਜਿਹਨੇ ਇਹ ਕੀਤਾ ਉਹਦਾ ਪੁੱਤਰ ਅੱਜ ਕਹਿੰਦਾ ਮੈਂ ਭਾਰਤ ਜੋੜਨਾ। ਮੇਰਾ ਸਵਾਲ ਇਹ ਹੈ ਵੀ ਜਿਹੜਾ ਗੁਨਾਹ ਤੁਸੀਂ ਕੀਤਾ ਉਹਦੀ ਅੱਜ ਤੱਕ ਸੁੱਕੀ ਮਾਫੀ ਪਰਿਵਾਰ ਵੱਲੋਂ ਨਹੀਂ ਮੰਗੀ ਗਈ। ਜੇ ਮਾਫੀ ਮੰਗਾਉਣ ਦੀ ਵਾਰੀ ਆਈ ਤੇ ਖਾਲਸਾ ਜੀ ਇਹ ਕਹਿੰਦੇ ਮਨਮੋਹਨ ਸਿੰਘ ਨੂੰ ਅੱਗੇ ਕਰ ਦਿਓ, ਇੱਕ ਸਿੱਖ ਕਤਲੇਆਮ ਦੀ ਮਾਫੀ ਮੰਗ ਰਿਹਾ ਸਿੱਖਾਂ ਦੇ ਕੋਲ, ਇਹ ਗੁਲਾਮੀ ਦੀ ਦਸ਼ਾ। ਫਿਰ ਇਹ ਨਾ ਮੰਨ ਲਿਆ ਕਰੀਏ, ਕਈ ਇੱਥੇ ਕਹਿ ਦਿੰਦੇ ਵੀ ਦੇਖੋ ਜੀ ਸਾਡਾ ਤੇ ਪ੍ਰਧਾਨ ਮੰਤਰੀ ਬਣ ਗਿਆ, ਸਾਡਾ ਰਾਸ਼ਟਰਪਤੀ ਬਣ ਗਿਆ, ਸਾਡੇ ਫੌਜ ਦੇ ਜਨਰਲ ਕਰਨਲ ਬਣ ਗਏ ਨੇ, ਸਾਡੇ ਭਾਜਿਕਾ ਦੀ ਗੁਲਾਮੀ ਹੈ। ਉਹਦਾ ਇੱਕੋ ਇੱਕ ਜਵਾਬ ਹੈ, ਜਿਹੜਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਹਿੰਦੁਸਤਾਨ ਚ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ ਅਹੁਦਾ ਹੈ। 84 ਦੇ ਵਿੱਚ ਭੀੜ ਨੇ ਰੇਹੜੀਆਂ ਲਾਉਣ ਵਾਲਿਆਂ ਨੇ ਰਾਸ਼ਟਰਪਤੀ ਦੀ ਗੱਡੀ ਤੇ ਹਮਲਾ ਕਰ ਦਿੱਤਾ, ਇਹ ਸਿੱਖ ਰਾਸ਼ਟਰਪਤੀ ਦੀ ਔਕਾਤ ਹੈ। ਬਹੁ ਗਿਣਤੀ ਜੇ ਸਿੱਖਾਂ ਨੂੰ ਸਤਿਕਾਰ ਦਿੰਦੀ ਹੈ ਤੇ ਆਪਣੇ ਮਤਲਬ ਨੂੰ ਦਿੰਦੀ ਹੈ। 에ਅਰ ਮਾਰਸ਼ਲ ਅਰਜਨ ਸਿੰਘ ਵਰਗਿਆਂ ਨੂੰ ਇਹਨਾਂ ਨੇ ਮੈਡਲ ਦਿੱਤੇ, ਪਰ ਜਦੋਂ ਮੂਡ ਬਣਿਆ ਉਹਦੇ ਘਰ ਤੇ ਭੀੜ ਚੜ ਕੇ ਗਈ ਤੇ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਿੰਨੇ ਸਿੱਖ ਫੌਜੀ ਜਿਹੜੇ ਸੀ ਇਹਨਾਂ 84 ਦੇ ਵਿੱਚ ਟ੍ਰੇਨਾਂ ਚੋਂ ਕੱਢ ਕੱਢ ਕੇ ਮਾਰੇ। ਸੋ ਸਵਾਲ ਇਹ ਹੈ ਵੀ ਅਸੀਂ ਬੰਦੀ ਸਿੰਘਾਂ ਦਾ ਸੰਘਰਸ਼ ਲੜਨਾ ਹੈ, ਬਸ਼ਰਤੇ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਾਡੇ ਸਿੱਖ ਬਾਹਰ ਆਉਣੇ ਚਾਹੀਦੇ ਨੇ, ਪਰ ਇਸ ਗੱਲ ਦੇ ਵਿੱਚ ਅਸੀਂ ਖਾਲਿਸਤਾਨ ਦੇ ਸੰਘਰਸ਼ ਦੇ ਨਾਲ, ਆਜ਼ਾਦੀ ਦੇ ਸੰਘਰਸ਼ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ। ਤੇ ਇਹ ਸਾਨੂੰ ਕਹਿੰਦੇ ਦੇਖੋ ਇੱਥੇ ਸਾਨੂੰ ਬੜੇ ਹਵਾਲੇ ਦਿੱਤੇ ਜਾਂਦੇ ਨੇ, ਆ ਕੁਝ ਇੱਥੇ ਮੈਂ ਪੋਸਟਰ ਵੇਖੇ ਨੇ, ਸੰਵਿਧਾਨ ਹੈ ਕੱਕ ਹੈ, ਬੰਦੀ ਸਿੰਘਾਂ ਨੂੰ ਛਡਾਉਣਾ ਕਹਿੰਦੇ ਸਾਡਾ ਸੰਵਿਧਾਨ ਹੈ ਕੱਕ ਹੈ। ਕਿਹੜਾ ਸੰਵਿਧਾਨ ਭਾਈ, ਜੇ ਇਸ ਸੰਵਿਧਾਨ ਤੇ ਸਿੱਖਾਂ ਨੇ ਸਹਿਣ ਨਹੀਂ ਕੀਤੇ ਉਹ ਸੰਵਿਧਾਨ ਕੱਕ ਹੈ। ਸੰਵਿਧਾਨ ਇਹ 5 ਮਿੰਟਾਂ ਚ ਬਦਲ ਦਿੰਦੇ ਨੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ। ਧਾਰਾ 25B ਬਦਲਣ ਲਈ ਸਿੱਖਾਂ ਨੇ ਲੰਮਾ ਸੰਘਰਸ਼ ਕੀਤਾ, ਅਜੇ ਤੱਕ ਉਹ ਬਦਲੀ ਨਹੀਂ। ਕਸ਼ਮੀਰ ਦਾ 370 ਤੋੜਨਾ ਸੀ ਆਰਟੀਕਲ, ਇਕੱਠੇ ਹੋਏ ਤੋੜ ਕੇ ਉਹ ਮਾਰਿਆ, ਕਿਸੇ ਨੇ ਕੋਈ ਸਵਾਲ ਨਹੀਂ। ਜੇ ਕਿਸੇ ਨੇ ਅੱਗੇ ਆਵਾਜ਼ ਚੁੱਕੀ ਉੱਥੇ ਫੌਜ ਲਾ ਕੇ ਲੋਕਾਂ ਨੂੰ 1.5 ਸਾਲ ਕਰਫਿਊ ਚ ਰੱਖਿਆ, 1.5 ਸਾਲ ਲੋਕਾਂ ਦੀ ਨਜ਼ਰਬੰਦੀ ਕੀਤੀ ਹੈ। ਸੋ ਇਸ ਕਰਕੇ ਸੰਵਿਧਾਨ ਸੰਵਿਧਾਨ ਦੇ ਰੋਣੇ ਨਾ ਰਿਹਾ ਕਰੀਏ, ਆਪਾਂ ਇਹ ਨਾ ਕਰਿਆ ਕਰੀਏ ਵੀ ਸੰਵਿਧਾਨ ਦੀ ਰਾਖੀ ਕਰ ਰਹੀ ਹੈ। ਕਈ ਇੱਥੇ ਬੈਠੇ ਕਹੀ ਜਾਂਦੇ ਸੰਵਿਧਾਨ ਦੀ ਰਾਖੀ ਕਰ ਰਹੇ ਹਾਂ ਜੀ, ਕਿਹੜੇ ਸੰਵਿਧਾਨ ਦੀ ਰਾਖੀ? ਜੇ ਇਸ ਸੰਵਿਧਾਨ ਨੂੰ ਇਹ ਨਾ ਦਿਖਿਆ ਵੀ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਹੈ, ਕਿਹੜੇ ਕਾਨੂੰਨ ਤਹਿਤ ਹੋਈ ਹੈ? 1.5 ਲੱਖ ਨੌਜਵਾਨ ਸਿੱਖਾਂ ਦਾ ਘਰੋਂ ਚੁੱਕ ਕੇ ਮਾਰ ਦਿੱਤਾ, ਸੰਵਿਧਾਨ ਨੂੰ ਚੇਤਾ ਨਾ ਆਇਆ ਵੀ ਸਾਡੇ ਸਿੱਖਾਂ ਦੇ ਪੋਤੇ ਮਰ ਰਹੇ ਨੇ ਤੇ ਅਸੀਂ ਠੇਕਾ ਲਿਆ ਸੰਵਿਧਾਨ ਬਚਾਉਣ? ਜਿਨ੍ਹਾਂ ਦਾ ਸੰਵਿਧਾਨ ਹੈ ਉਹ ਬਚਾਉਣ ਨਾ ਬਚਾਉਣ, ਸਾਡਾ ਸੰਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਸਾਨੂੰ ਕਿਸੇ ਹੋਰ ਨੂੰ ਬਚਾਉਣ ਦੀ ਲੋੜ ਨਹੀਂ। ਸੋ ਅੱਜ ਵੀ ਇੱਥੇ ਆਪਾਂ ਕਾਮਰੇਡ ਨਾਲ ਗੱਲਾਂ ਨਹੀਂ ਕਰਨੀਆਂ, ਨਾ ਚੱਲਣ ਦੇਣੀਆਂ। ਉਹ ਗੱਲਾਂ ਕੀ ਹੁੰਦੀਆਂ? ਮਸਲਾ ਸਿੱਖਾਂ ਦਾ ਹੈ,
ਇੱਥੇ ਕਹਿ ਦਿੰਦੇ ਵੀ ਨਹੀਂ ਸਿੱਖ ਦੀ ਸਿੱਖਾਂ ਦੀ ਗੱਲ ਨਾ ਕਰਿਓ ਕੱਲਿਆਂ ਦੀ, ਇਹਦੇ ਨਾਲ ਮਸਲਾ ਵੱਖ ਵੱਧ ਹੀ ਬਣ ਜਾਊ। ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਅੱਗ ਲੱਗੀ ਹੋਵੇ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ, ਐਂਬੂਲੈਂਸ ਵਾਲਿਆਂ ਨੂੰ ਫੋਨ ਕਰੋ, ਉਹਨਾਂ ਨੂੰ ਕਹੋਗੇ ਨਾ ਵੀ ਫਲਾਣੇ ਘਰ ਚ ਅੱਗ ਲੱਗੀ ਹੈ, ਕਹਿ ਦੋ ਸਾਰਿਆਂ ਚ ਲੱਗੀ, ਉਹ ਘਰ ਦਾ ਪਤਾ ਦੱਸਣਾ ਪਊ, ਉਹ ਬੰਦੇ ਦਾ ਨਾਂ ਦੱਸਣਾ ਪਊ। ਅੱਜ ਜੇ ਅਸੀਂ ਸਿੱਖਾਂ ਦੀ ਗੱਲ ਕਰ ਲਈਏ, ਸਿੱਖਾਂ ਤੇ ਜ਼ੁਲਮ ਹੋ ਰਿਹਾ ਤਾਂ ਉਹਨਾਂ ਦੀ ਕਰਾਂਗੇ, ਸਾਨੂੰ ਠੇਕਾ ਨਹੀਂ ਅਸੀਂ ਲਿਆ ਵੀ ਅਸੀਂ ਦੁਨੀਆ ਭਰ ਦੀਆਂ ਦੂਜੀਆਂ ਕੌਮਾਂ ਦਾ ਵੀ ਬਹੁਤ ਚੁੱਕੀ ਫਿਰੀਏ, ਸਾਡਾ ਕੋਈ ਰਾਜ ਭਾਗ ਨਹੀਂ। ਜਦੋਂ ਰਾਜ ਆਊਗਾ ਫਿਰ ਅਸੀਂ ਲੋਕਾਂ ਨੂੰ ਸ਼ਰਨ ਦੇਣ ਦੇ ਕਾਬਲ ਵੀ ਹੋ ਜਾਵਾਂਗੇ। ਅੱਜ ਅਸੀਂ ਕਿਹੜੇ ਬਣਾ ਤੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਐਕਟਿਵਿਜ਼ਮ ਕਰੋ, ਤੁਸੀਂ ਮੋਰਚੇ ਲਾਓ, ਪਰ ਸਿੱਖਾਂ ਦੇ ਨਾਂ ਤੇ ਇਕੱਲੇ ਮੋਰਚੇ ਨਾ ਲਾਓ, ਨਹੀਂ ਤੇ ਅਸੀਂ ਹਾਜ਼ਰੀ ਨਹੀਂ ਭਰਨੀ। ਜਿੰਨੇ ਭਰਨੀ ਆ ਭਰੇ, ਜਿੰਨੇ ਹਾਜ਼ਰੀ ਨਹੀਂ ਭਰਨੀ ਨਾ ਭਰੇ। ਜਿੰਨੇ ਹਾਜ਼ਰੀ ਨਹੀਂ ਭਰਨੀ ਉਹ ਬਸ਼ੱਕ ਨਾ ਭਰੇ। ਪਰ ਇੱਥੇ ਅਸੀਂ ਸਿੱਖਾਂ ਦੀ ਗੱਲ ਕਰਨੀ ਹੈ, ਇਹ ਫਰਜ਼ ਬਣਦਾ ਸਾਰੀਆਂ ਕੌਮਾਂ ਦਾ ਵੀ ਸਿੱਖਾਂ ਦੇ ਨਾਲ ਖੜਨ, ਇਹ ਸਾਰੀਆਂ ਕੌਮਾਂ ਦਾ ਫਰਜ਼ ਬਣਦਾ, ਕਿਉਂਕਿ ਅਸੀਂ ਹਰ ਇੱਕ ਦੇ ਨਾਲ ਲੋੜ ਪੈਣ ਤੇ ਖੜੇ ਹਾਂ। ਜੇ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ ਤੁਸੀਂ ਵਾਲੀ ਵਾਰਸ ਮੰਨਦੇ ਜੋ, ਜੇ ਖੱਬੇ ਪੱਖੀਏ ਮੰਨਦੇ ਆ ਵੀ ਦੁਨੀਆ ਭਰ ਦੇ ਵਿੱਚ ਲਤਾੜੇ ਹੋਏ ਲੋਕਾਂ ਦੇ ਨਾਲ, ਨਿਮਾਣੇ ਲੋਕਾਂ ਦੇ ਨਾਲ ਖੜਨਾ ਮਾਰਕਸ ਦੀ ਫਿਲਾਸਫੀ ਹੈ, ਤੇ ਇਹਨਾਂ ਨੂੰ ਪੁੱਛੋ ਪੰਜਾਬ ਦੇ ਵਿੱਚ ਤੇ ਤੁਸੀਂ ਸਰਕਾਰਾਂ ਕੋਲ ਹਥਿਆਰ ਲੈ ਕੇ ਸਾਡੇ ਖਿਲਾਫ਼ ਜੰਗ ਲੜੀ ਸੀ, ਉਹ ਕਦੋਂ ਲੜੀ ਸੀ? ਸੋ ਅੱਜ ਜੋ ਸਾਡੀ ਖਾਲਸਾ ਦੀ ਦਸ਼ਾ ਹੈ ਉਹ ਇਸ ਕਰਕੇ ਹੈ ਵੀ ਅਸੀਂ ਸੁਚੇਤ ਨਹੀਂ ਰਹਿੰਦੇ, ਸਾਨੂੰ ਚੇਤਾ ਭੁੱਲ ਜਾਂਦਾ, ਅਸੀਂ ਉਹਨਾਂ ਲੋਕਾਂ ਨੂੰ ਲਾਗੇ ਬਿਠਾ ਲੈਂਦੇ ਹਾਂ ਜਿਨ੍ਹਾਂ ਪੈਰ ਪੈਰ ਤੇ ਸਾਡੇ ਨਾਲ ਗਦਾਰੀਆਂ ਕੀਤੀਆਂ। ਜੇ ਅੱਜ ਵੀ ਫਤਿਹ ਪ੍ਰਾਪਤ ਕਰਨੀ, ਕੋਈ ਘਾਟਾ ਨਹੀਂ ਸਾਡੇ ਘਰ ਕਿਸੇ ਗੱਲ ਦਾ, ਗੁਰੂ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ। ਗੁਰੂ ਬੰਦੀ ਛੋੜ ਹੈ, ਛੇਵੇਂ ਪਾਤਸ਼ਾਹ ਨੇ 52 ਰਾਜਿਆਂ ਨੂੰ ਜੇਲ੍ਹ ਚ ਛੱਡਾ ਲਿਆ ਸੀ, ਸਾਡੇ ਬੰਦੇ ਵੀ ਛੁੱਟ ਸਕਦੇ ਆ, ਪਰ ਜੇ ਅਸੀਂ ਵੋਟ ਆਸਰਾ ਕੇਵਲ ਗੁਰੂ ਤੇ ਰੱਖੀਏ, ਸਾਡਾ ਵੋਟ ਆਸਰਾ ਕਦੀ ਕਿਸੇ ਸਰਕਾਰ ਤੇ, ਕਦੀ ਕਿਸੇ ਸਰਕਾਰ ਤੇ, ਕਦੀ ਕਿਸੇ ਨੂੰ ਮੰਗ ਪੱਤਰ, ਕਦੀ ਕਿਸੇ ਨੂੰ ਮੰਗ ਪੱਤਰ, ਅਸੀਂ ਦੇ ਦੇ ਕੇ ਘਸਿਆਰੇ ਬਣ ਕੇ ਖਾਲਸਾ ਜੀ ਮੰਗ ਪੱਤਰ ਦੇ। ਜੇ ਅਸੀਂ ਦ੍ਰਿੜਤਾ ਦੇ ਨਾਲ ਪੰਥ ਦੇ ਅਸੂਲਾਂ ਤੇ ਪਹਿਰੇਦਾਰੀ ਦਿੰਦੇ ਹੋਏ ਗੁਰੂ ਦੇ ਆਸ਼ੇ ਦੇ ਵਿੱਚ ਸੰਘਰਸ਼ ਕਰੀਏ, ਬੰਦੀ ਸਿੰਘ ਛੱਡੋ, ਸਾਡਾ ਰਾਜ ਦੂਰ ਨਹੀਂ, ਰਾਜ ਮਾਲਕ ਨੇ ਦੇਣਾ। ਸੋ ਇੱਕ ਗੱਲ ਨੌਜਵਾਨ ਨੂੰ ਮੈਂ ਆਖਰੀ ਸਮੇਂ 'ਚ ਤੁਹਾਨੂੰ ਅਪੀਲ ਕਰਨੀ ਹੈ ਹੁਣ ਵੀ ਆਪਾਂ ਨੂੰ ਰਾਜ ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਅਸੀਂ ਰਾਜ ਦੇ ਲਾਇਕ ਨਹੀਂ ਬਣ ਸਕਦੇ। ਸਾਨੂੰ ਗੁਰੂ ਨੇ ਹੁਕਮ ਦਿੱਤਾ ਵੀ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਦਦਾਰੇ ਨਹੀਂ ਦੇਣੇ, ਤੇ ਅਸੀਂ ਬਿਨਾਂ ਸ਼ਸਤਰਾਂ ਤੋਂ ਬਿਨਾਂ ਕੇਸਾਂ ਤੋਂ ਤੁਰੇ ਫਿਰਦੇ। ਹੁਣ ਦੱਸੋ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਬੰਦਾ ਭੇਡ ਦੀ ਨਿਆਈ ਹੈ? ਭੇਡ ਕੰਨੋਂ ਫੜ ਕੇ ਕਿਤੇ ਵੀ ਲੈ ਜਾਓ। ਸੋ ਅੱਜ ਸਾਨੂੰ ਇਹ ਮੰਨਣਾ ਪੈਣਾ ਵੀ ਸਾਡੀ ਇਹ ਗਲਤੀ ਹੈ ਵੀ ਜੋ ਸਾਡੇ ਤੇ ਖਵਾਰੀ ਆਈ ਉਹਦੇ ਚ ਸਾਡੀ ਗਲਤੀ ਆ ਵੀ ਅਸੀਂ ਗੁਰੂ ਤੋਂ ਦੂਰ ਹੋ ਗਏ। ਗੁਰੂ ਨੇ ਵਚਨ ਕੀਤਾ ਸੀ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਆ ਵਿਪਰ ਦੀ ਰੀਤ ਗਏ ਆ ਕਿ ਨਹੀਂ ਗਏ? ਆਪਾਂ ਜੇ ਗਏ ਆ ਤੇ ਫਿਰ ਇਹ ਸਾਨੂੰ ਮੁੜਨਾ ਪੈਣਾ ਹੈ, ਅਨੰਦਪੁਰ ਘਰੇ ਵਾਪਸੀ ਕਰਨੀ ਪੈਣੀ ਹੈ। ਉਹ ਵੀ ਨੌਜਵਾਨ ਘਰੇ ਵਾਪਸੀ ਕਰਨ ਜਿਹੜੇ ਅੱਜ ਨਸ਼ਿਆਂ 'ਚ ਫਸੇ ਨੇ, ਉਹ ਵੀ ਨੌਜਵਾਨ ਵਾਪਸੀ ਕਰਨ ਜਿਹੜੇ ਅੱਜ ਕੇਸ ਕਤਲ ਕਰਾ ਰਹੇ ਨੇ, ਉਹ ਵੀ ਨੌਜਵਾਨ ਸਾਰੇ ਧੀਆਂ ਭੈਣਾਂ ਬਜ਼ੁਰਗ ਬੱਚੇ ਰਲ ਕੇ ਖੰਡੇ ਬਾਟੇ ਦੀ ਪੌਲ ਛੱਕਣ, ਸਤਿਗੁਰ ਦੇ ਚਰਨਾਂ 'ਚ ਸੀਸ ਭੇਟ ਕਰਨ। ਜੇ ਸਤਿਗੁਰ ਦੇ ਚਰਨਾਂ 'ਚ ਸੀਸ ਭੇਟ ਕਰਾਂਗੇ, ਬਾਣੀ ਦੇ ਬਚਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੂਕਾ ਤੋਂ ਆਓ ਹਮਾਰੇ ਪਾਸ। ਇਹ ਸਾਡਾ ਜਿਹੜਾ ਪੰਥ ਹੈ, ਇਹ ਸਾਡਾ ਜਿਹੜਾ ਰਸਤਾ ਹੈ, ਸਾਡਾ ਜਿਹੜਾ ਪੰਥ ਹੈ, ਇਹ ਪਹਿਲਾਂ ਸਿਰ ਵਾਰ ਕੇ ਫਿਰ ਸ਼ੁਰੂ ਹੁੰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਬੇਈ ਚੋਂ ਪ੍ਰਗਟ ਹੋਏ, ਕਿਸੇ ਨਾਲ ਕੁਝ ਨਾ ਬੋਲੇ, ਜਾ ਕੇ ਮੜੀਆਂ ਦੇ ਵਿੱਚ ਬੈਠ ਗਏ। ਕਿਸੇ ਬਜ਼ੁਰਗ ਨੇ ਪੁੱਛਿਆ, ਗੁਰੂ ਸਾਹਿਬ ਦੀ ਉਮਰ ਉਹ ਜੇ ਜਵਾਨ ਸੀ, 28 ਸਾਲ ਦੀ ਉਮਰ ਸੀ। ਕਿਸੇ ਬਜ਼ੁਰਗ ਨੇ ਪੁੱਛਿਆ, ਜਵਾਨਾ ਇੱਥੇ ਮਰੇ ਲੋਕ ਆਉਂਦੇ ਨੇ ਤੇ ਉਹਨਾਂ ਦੀ ਵੀ ਸਵਾਹ ਬਚਦੀ ਹੈ, ਇੱਥੇ ਕੀ ਕਰਨ ਨੂੰ ਬੈਠਾ? ਸਤਿਗੁਰ ਸੱਚੇ ਪਾਤਸ਼ਾਹ ਨੇ ਅੱਗਿਓਂ ਜਵਾਬ ਦਿੱਤਾ, ਜਿਸ ਰਸਤੇ ਅਸੀਂ ਤੁਰਨਾ ਉਹ ਰਸਤਾ ਮੌਤ ਤੋਂ ਬਾਅਦ ਸ਼ੁਰੂ ਹੁੰਦਾ।
ਸੋ ਖਾਲਸਾ ਜੀ ਜਿੰਨਾ ਚਿਰ ਮੌਤ ਦਾ ਭੈ ਮਨ ਦੇ ਵਿੱਚ ਹੈ ਜਿੰਨਾ ਚਿਰ ਮਰਨ ਤੋਂ ਡਰਦੇ ਆ ਓਨਾ ਚਿਰ ਕੋਈ ਹੱਕ ਪ੍ਰਾਪਤ ਨਹੀਂ ਹੋ ਸਕਦਾ ਜਿੱਦਣ ਮੌਤ ਦਾ ਡਰ ਮਨ ਚੋਂ ਕੱਢ ਦਿੱਤਾ ਜਿੱਦਣ ਇਹ ਬਚਨ ਮੰਨ ਲਿਆ ਗੁਰੂ ਦਾ ਜਾਂ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਗਾਣ ਨਕ ਸੋ ਅੱਜ ਸਮਾਂ ਆ ਗਿਆ ਵੀ ਅਸੀਂ ਇੱਕ ਲਕੀਰ ਖਿੱਚੀ ਹੈ ਬਾਬਾ ਦੀਪ ਸਿੰਘ ਨੇ ਜਦੋਂ ਤੁਰੇ ਨੇ ਰਸਤੇ 'ਚ ਜਾ ਕੇ ਜਦੋਂ ਖਬਰ ਮਿਲੀ ਵੀ ਭਾਈ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ 80 ਸਾਲ ਦੀ ਉਮਰ ਹੈ ਹੱਥ 'ਚ ਖੰਡਾ ਚੁੱਕਿਆ ਚੁੱਕ ਕੇ ਤੁਰ ਪਏ ਨਾਲ ਫੌਜ ਤੁਰ ਪਈ ਤੇ ਰਸਤੇ 'ਚ ਜਾ ਕੇ ਇੱਕ ਲਕੀਰ ਖਿੱਚ ਦਿੱਤੀ ਤੇ ਲਕੀਰ ਖਿੱਚ ਕੇ ਆਖਿਆ ਜਿਨ੍ਹਾਂ ਨੂੰ ਘਰਾਂ ਦਾ ਪ੍ਰੇਮ ਹੈ ਜਿਨ੍ਹਾਂ ਨੂੰ ਜਿਉਣ ਦਾ ਪ੍ਰੇਮ ਹੈ ਜਿਨ੍ਹਾਂ ਨੂੰ ਪਰਿਵਾਰਾਂ ਦਾ ਮੋਹ ਹੈ ਉਹ ਪਿੱਛੇ ਮੁੜ ਜਾਓ ਜਿਨ੍ਹਾਂ ਨੂੰ ਮਰਨ ਦਾ ਚਾਅ ਹੈ ਜਿਨ੍ਹਾਂ ਨੂੰ ਦਰਬਾਰ ਸਾਹਿਬ ਵਿਖੇ ਸ਼ਹੀਦੀ ਦੇਣ ਦਾ ਚਾਅ ਹੈ ਜਿਨ੍ਹਾਂ ਨੂੰ ਗੁਰੂ ਨਾਲ ਪ੍ਰੇਮ ਹੈ ਉਹ ਲਕੀਰ ਟੱਪੋ ਖਾਲਸਾ ਜੀ ਸਾਰੀ ਦੀ ਸਾਰੀ ਫੌਜ ਲਕੀਰ ਟੱਪ ਗਈ ਉਹਨੂੰ ਸ਼ਹੀਦੀ ਫੌਜ ਕਹਿੰਦੇ ਨੇ ਉਹਨਾਂ ਨੂੰ ਸ਼ਹੀਦੀ ਲਕਬ ਜਿਉਂਦਿਆਂ ਜੀ ਮਿਲਿਆ ਅੱਜ ਤੁਸੀਂ ਉਵੇਂ ਲਕੀਰ ਖਿੱਚ ਲਓ ਤੇ ਇਹ ਨਿਸ਼ਚੇ ਨਾਲ ਮੈਂ ਗੁਰੂ ਦੀ ਹਜ਼ੂਰੀ ਚ ਖੜ ਕੇ ਕਹਿਣਾ ਬਾਬਾ ਦੀਪ ਸਿੰਘ ਦੀ ਸ਼ਹੀਦੀ ਫੌਜ ਸਾਡੀ ਅਗਵਾਈ ਵੀ ਕਰੂ ਸਾਡੀ ਰਾਖੀ ਵੀ ਕਰੂ ਇੱਥੇ ਮੋਰਚਾ ਲੱਗ ਗਿਆ ਤੇ ਬਹੁਤ ਐਸੀਆਂ ਗਿਰਜਾਂ ਨੇ ਆਉਣਾ ਜਿਨ੍ਹਾਂ ਦਾ ਸਾਰਾ ਕਾਰੋਬਾਰ ਮੋਰਚਿਆਂ ਤੇ ਟਿਕਿਆ ਜਿਨ੍ਹਾਂ ਦਾ ਕੰਮ ਹੈ ਸਿੱਖਾਂ ਨੂੰ ਵਰਗਲਾ ਕੇ ਸਿੱਖਾਂ ਦਾ ਪੈਸਾ ਖਾਣਾ ਜਿਨ੍ਹਾਂ ਦਾ ਕੰਮ ਹੈ ਗੁਰਦੁਆਰਿਆਂ ਚ ਲੰਗਰ ਛਕਣੇ ਤੇ ਅੰਤ ਨੂੰ ਗੁਰਦੁਆਰਿਆਂ ਨੂੰ ਭੰਡਣਾ ਅੰਤ ਨੂੰ ਇਹ ਗੱਲ ਕਰਨੀ ਵੀ ਸਿੱਖ ਜਿਹੜੇ ਨੇ ਇਹ ਇੱਥੇ ਇਕੱਲੇ ਸਿੱਖਾਂ ਦੀ ਗੱਲ ਨਾ ਕਰਨ ਮੈਂ ਅੱਗੇ ਵੀ ਕਿਹਾ ਸਾਡੇ ਤੇ ਬੋਝ ਨਹੀਂ ਜ਼ੁਲਮ ਸਾਡੇ ਨਾਲ ਹੋਇਆ ਬੋਝ ਦੂਜਿਆਂ ਤੇ ਹੋਣਾ ਚਾਹੀਦਾ ਵੀ ਉਹ ਸਾਡੀ ਗੱਲ ਕਰਨ ਸਾਡੇ ਤੇ ਕੋਈ ਬੋਝ ਨਹੀਂ ਮਾਨਸਿਕ ਵੀ ਅਸੀਂ ਦੂਜਿਆਂ ਦੀ ਗੱਲ ਕਰੀਏ ਜਾਂ ਨਾ ਕਰੀਏ ਸਾਡੀ ਵਡਿਆਈ ਹੈ ਵੀ ਅਸੀਂ ਕਰਦੇ ਹਾਂ ਪਰ ਇਹਦਾ ਨਤੀਜਾ ਇਹ ਨਹੀਂ ਵੀ ਅਸੀਂ ਆਪਣੀ ਗੱਲ ਦ੍ਰਿੜ ਹੋ ਕੇ ਨਹੀਂ ਕਰ ਸਕਦੇ ਆਪਣੀ ਆਜ਼ਾਦੀ ਮੰਗਣ ਦੇ ਵਿੱਚ ਖਾਲਸਾ ਜੀ ਕਿਸ ਗੱਲ ਦੀ ਸ਼ਰਮ ਹੈ ਦੀਪ ਸਿੱਧੂ ਨੇ ਇਹ ਗੱਲ ਕਹੀ ਸੀ ਆਜ਼ਾਦੀ ਮੰਗਣਾ ਕੌਮ ਵਾਸਤੇ ਮਾਣ ਦੀ ਗੱਲ ਹੈ ਸ਼ਰਮ ਦੀ ਗੱਲ ਨਹੀਂ ਅਸੀਂ ਅੱਜ ਆਪਣੇ ਰਾਜ ਦੀ ਗੱਲ ਕਰਨੀ ਹੋਵੇ ਤੇ ਲੋਕੇ ਜੇ ਕਰਦੇ ਹਾਂ ਤੇ ਕੋਈ ਸੁਣ ਨਾ ਲਵੇ ਸਾਨੂੰ ਸ਼ਾਇਦ ਮੂਰਖ ਸਮਝੂ ਕੋਈ ਦੁਨੀਆਂ ਦੇ ਵਿੱਚ ਸਿਆਣਾ ਮਨੁੱਖ ਕੌਣ ਹੈ ਖਾਲਸਾ ਜੀ ਦੱਸੋ ਇੱਕ ਉਹ ਮਨੁੱਖ ਜਿਹਨੂੰ ਗੁਲਾਮੀ ਦੀ ਸਮਝ ਨਹੀਂ ਆ ਰਹੀ ਜਿਹਨੂੰ ਪਿੰਜਰੇ ਚ ਪਏ ਨੂੰ ਪਤਾ ਨਹੀਂ ਮੈਂ ਪਿੰਜਰੇ ਚ ਆ ਕਿ ਦੂਜਾ ਮਨੁੱਖ ਜਿਹੜਾ ਸਮਝ ਗਿਆ ਮੈਂ ਪਿੰਜਰੇ ਚ ਆਜ਼ਾਦੀ ਦੀ ਮੰਗ ਕਰਦਾ ਦੋਵਾਂ ਚੋਂ ਸਿਆਣਾ ਕੌਣ ਹੈ ਜਿਹੜਾ ਆਜ਼ਾਦੀ ਦੀ ਮੰਗ ਕਰਦਾ ਉਹ ਸਿਆਣਾ ਸੋ ਜਿਹੜੇ ਅੱਜ ਰਾਜ ਦੀ ਗੱਲ ਕਰਦੇ ਨੇ ਉਹ ਸਿਆਣੇ ਨੇ ਬਾਕੀ ਬੇਵਕੂਫ ਨੇ ਸਾਰੇ ਜਿਹੜੇ ਰਾਜ ਤੋਂ ਭਗੌੜੇ ਨੇ ਉਹ ਸਾਰੇ ਦੇ ਸਾਰੇ ਬੇਵਕੂਫ ਨੇ ਉਹ ਮੰਦਬੁੱਧੀ ਨੇ ਉਹ ਕੌਮ ਨੂੰ ਇਸ ਤੜਫਣ ਦੇ ਵਿੱਚ ਉਹ ਮਾਰ ਦੇਣਾ ਚਾਹੁੰਦੇ ਨੇ ਕੌਮ ਨੂੰ ਉਹ ਚਾਹੁੰਦੇ ਨੇ ਵੀ ਕੌਮ ਏਦਾਂ ਤੜਫਦੀ ਮਰ ਜਾਵੇ ਕੌਮ ਨੂੰ ਕੋਈ ਸੁੱਖ ਦਾ ਸਾਹ ਨਾ ਆਵੇ ਸੋ ਅੱਜ ਸਾਨੂੰ ਲੋੜ ਹੈ ਇਕੱਠਿਆਂ ਹੋਣ ਦੀ ਪਰ ਇੱਕ ਗੱਲ ਦੇ ਉੱਤੇ ਕਿਸੇ ਮਨੁੱਖ ਦੀ ਅਗਵਾਈ ਕਬੂਲਣ ਦੀ ਲੋੜ ਨਹੀਂ ਨਾ ਮੇਰੀ ਨਾ ਕਿਸੇ ਹੋਰ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਬੂਲਣੀ ਹੈ ਸ਼ਹੀਦੀ ਪੈਰੇ ਸ਼ਹੀਦਾਂ ਦੇ ਲੱਗਣੇ ਹੈ ਤੇ ਪਰ ਜੇ ਮਨ 'ਚ ਲਾਲਸਾ ਹੋਈ ਜੇ ਮਨ 'ਚ ਮੈਲ ਹੋਈ ਜੇ ਕੋਈ ਵੀ ਸਿੱਖ ਸੰਗਤਾਂ ਦਾ ਭਰੋਸਾ ਤੋੜਦਾ ਹੈ ਜੇ ਕੋਈ ਵੀ ਸਿੱਖ ਸੰਗਤਾਂ ਦੇ ਏਡੇ ਕੱਠ 'ਚ ਆ ਕੇ ਵਚਨ ਕਰ ਜਾਵੇ ਤੇ ਉੱਤੇ ਪੂਰਾ ਨਾ ਉਤਰੇ ਉਹ ਨਾ ਇੱਥੇ ਬਚੂ ਨਾ ਲੋਕ 'ਚ ਤੇ ਨਾ ਪ੍ਰਲੋਕ ਦੇ ਵਿੱਚ ਤੇ ਆਪਾਂ ਕੱਲੀ ਇਹ ਗੱਲ ਨਹੀਂ ਕਰਨੀ ਵੀ ਜਿਹੜੇ ਸਜਾਵਾਂ ਪੂਰੀਆਂ ਕਰਕੇ ਸਾਡੇ ਸਿੰਘ ਛੱਡੋ ਆ ਜਿਹੜੇ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਸਾਲ ਪਹਿਲਾਂ ਤਾੜੇ ਨੇ ਸਾਡੇ ਅੰਦਰ ਬੰਦੇ ਉਹਨਾਂ ਦਾ ਕੀ ਕਸੂਰ ਹੈ ਕਿਸੇ ਨੂੰ ਕਿਤਾਬਾਂ ਰੱਖਣ ਤੇ ਉਮਰ ਕੈਦ ਕਰ ਦਿੱਤੀ ਕਿਸੇ ਨੂੰ ਬਾਹਰੋਂ ਆਈ ਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦਿੱਤਾ ਜੱਗੀ ਜੋਲ ਵਰਗਿਆਂ ਨੂੰ ਉਹਨਾਂ ਦਾ ਕੀ ਕਸੂਰ ਹੈ ਇਹ ਨਹੀਂ ਹੈਗਾ ਵੀ ਪੁਰਾਣੇ ਕਢਾਈ ਜਾਈਏ ਨਵੇਂ ਇਹਨਾਂ ਨੂੰ ਦੇਈ ਜਾਈਏ ਕੋਈ ਇਹ ਠੇਕੇ ਤੇ ਨਹੀਂ ਰਹੇ ਹੋਏ ਸੋ ਇਸ ਕਰਕੇ ਇਹ ਸਾਨੂੰ ਸਮਝ ਲੈਣਾ ਚਾਹੀਦਾ ਇਹ ਸਾਡੇ ਸਾਰੇ ਬੰਦੇ ਛੱਡਣ ਤੇ ਬਿਨਾਂ ਕਿਸੇ ਸ਼ਰਤ ਦੇ ਛੱਡਣ
ਇਹ ਕਹਿੰਦੇ ਜੇ ਬੰਦੇ ਛੱਡੀਏ ਤੁਹਾਡੇ ਸਮਾਜ ਖਰਾਬ ਹੁੰਦਾ ਹੈ। ਸਮਾਜ ਖਰਾਬ ਇਸ ਕਰਕੇ ਨਹੀਂ ਹੁੰਦਾ ਵੀ ਸਾਡੇ ਬੰਦੇ ਬਾਹਰ ਆਉਣ ਤੇ ਸਮਾਜ ਨੂੰ ਕੋਈ ਖਤਰਾ ਨਹੀਂ, ਸਮਾਜ ਨੂੰ ਖਤਰਾ ਉਹਨਾਂ ਤੋਂ ਹੈ ਜਿਹੜੇ ਬਲਾਤਕਾਰੀਆਂ ਨੂੰ ਤੁਸੀਂ ਪਰੋਲ ਦਿੰਦੇ ਜੋ, ਜਿਨ੍ਹਾਂ ਦੇ ਬਾਅਦ ਸਮਾਗਮ ਕਰਾਉਂਦੇ ਜੋ। ਇਹ ਨਿਰੰਕਾਰੀਆਂ ਵੇਲੇ ਵੀ ਸਮਾਜ ਤੁਸੀਂ ਖਰਾਬ ਕੀਤਾ ਹੈ। ਅੱਜ ਸਿਰਸੇ ਵਾਲਾ ਇਹੋ ਜਿਹੇ ਹੋਰ ਅਨੇਕਾਂ ਡੇਰੇਦਾਰ ਜਿਹੜੇ ਸਿੱਖਾਂ ਖਿਲਾਫ਼ ਬੋਲਦੇ ਨੇ, ਸਿੱਖਾਂ ਖਿਲਾਫ਼ ਕਰਮ ਕਰਦੇ ਨੇ, ਇਹੋ ਜਿਹੇ ਅਨੇਕਾਂ ਡੇਰੇਦਾਰ ਸਮਾਜ ਖਰਾਬ ਕਰ ਰਹੇ ਨੇ। ਇਹ ਕਾਨੂੰਨ ਦਾ ਕੰਮ ਕੀ ਹੈ? ਜਿਹੜਾ ਬੰਦਾ ਬਲਾਤਕਾਰੀ ਹੋਵੇ, ਜਿਹੜੇ ਬੰਦੇ ਦੇ ਬੱਬ ਧਮਾਕਿਆਂ ਦੇ ਕੇਸ ਹੋਣ, ਜੇ ਤੇ ਸਭ ਤੋਂ ਵੱਡੇ ਪਾਪ ਦਾ ਕੇਸ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦਾ ਦੋਸ਼ ਹੋਵੇ, ਉਸ ਬੰਦੇ ਨੂੰ ਸਮਾਜ 'ਚ ਛੱਡਣ ਨਾਲ ਸਮਾਜ ਖਤਰੇ 'ਚ ਨਹੀਂ ਆਉਂਦਾ। ਜਿਨ੍ਹਾਂ ਬੰਦਿਆਂ ਨੇ ਲੱਖਾਂ ਬੱਚਿਆਂ ਦੀ ਜਾਨ ਬਚਾਈ ਹੋਵੇ, ਬੇਅੰਤੇ ਅਰਗੇ ਪਾਪੀ ਨੂੰ ਸੋਧ ਕੇ, ਉਹਨਾਂ ਨੂੰ ਤਾਂ ਤੁਸੀਂ ਸਨਮਾਨ ਨਾ ਸਗੋਂ ਸਮਾਜ 'ਚ ਛੱਡੋ। ਮੈਂ ਤਾਂ ਕਹਿੰਦਾ ਸਾਰੀ ਸਮਾਜ ਦੀ ਦੇਖ ਰੇਖ ਉਹਨਾਂ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣਾ ਸੁੱਖ ਤਿਆਗ ਕੇ ਏਡੀ ਕੁਰਬਾਨੀ ਕੀਤੀ ਹੈ, ਤੇ ਸਮਾਜ ਕਿਹਨਾਂ ਦੇ ਹੱਥ 'ਚ ਹੈ ਜਿਨ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ। ਸੋ ਅੱਜ ਇਹ ਨਿਸ਼ਚਾ ਕਰ ਲਓ ਵੀ ਸਮਝੌਤਾ ਕਿਸੇ ਕਿਸਮ ਦਾ ਨਹੀਂ ਕਰਨਾ। ਇਹ ਲਕੀਰ ਖਿੱਚ ਕੇ ਗੱਲ ਕਰ ਰਹੀ ਹੈ, ਜਾਂ ਤੇ ਸਾਡੇ ਸਾਰੇ ਸਿੱਖ ਬਾਹਰ ਆਉਣਗੇ ਜਾਂ ਫਿਰ ਮੋਰਚਾ ਨਹੀਂ ਚੁੱਕਿਆ ਜਾ ਸਕਦਾ। ਤੇ ਨੌਜਵਾਨਾਂ ਨੂੰ ਇੱਕ ਮੇਰੀ ਬੇਨਤੀ ਅਖੀਰ ਤੇ ਹੈ, ਜਵਾਨੋ ਆਪਾਂ ਘਰ ਮੁੜੀਏ। ਘਰ ਮੁੜਨ ਤੋਂ ਬਿਨਾਂ ਆਪਣੇ ਕੋਲ ਕੀ ਰਾਹ ਹੈ? ਕੋਈ ਹੈਗਾ ਜਿਨ੍ਹਾਂ ਨੂੰ ਖੋਜ ਕਰਨ ਲਈ ਅਸੀਂ ਕੇਸ ਕਤਲ ਕਰਾਏ, ਉਹਨਾਂ ਨੂੰ ਖੋਜ ਕਰਨ ਲਈ ਕਰਾਏ ਨੇ ਜਿਨ੍ਹਾਂ ਸਾਡੇ ਬੰਦੇ ਅੰਦਰ ਦਿੱਤੇ, ਜਿਨ੍ਹਾਂ ਸਾਡੇ ਸਿੱਖਾਂ ਨੂੰ ਤੜਫਾ ਤੜਫਾ ਕੇ ਮਾਰਿਆ, ਜਿਨ੍ਹਾਂ ਸਾਡੇ ਸਿੱਖਾਂ ਨੂੰ ਤੜਫਾ ਤੜਫਾ ਕੇ ਮਾਰਿਆ, ਉਹਨਾਂ ਨੂੰ ਖੋਜ ਕਰਨ ਲਈ ਉਹਨਾਂ ਵਰਗੇ ਚਿਹਰੇ ਮੋਹਰੇ ਅਸੀਂ ਬਣਾ ਲੈ। ਦੋ ਮਿੰਟ ਸ਼ਾਂਤੀ ਰੱਖੋ ਜੀ। ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਹੈ, ਉਹਨਾਂ ਵਰਗੇ ਚਿਹਰੇ ਮੋਹਰੇ ਬਣਾਉਣ ਨੂੰ ਅਸੀਂ ਕਾਹਲੇ ਹਾਂ। ਭੈਣੋ ਤੁਸੀਂ ਵੀ ਜਦੋਂ ਵਿਆਹ ਸ਼ਾਦੀ ਦੀ ਗੱਲ ਚੱਲਦੀ ਹੈ, ਕੁੜੀਆਂ ਕਹਿੰਦੀਆਂ ਮੰਗ ਰੱਖ ਦਿੰਦੀਆਂ ਸਾਨੂੰ ਸਰਦਾਰ ਮੁੰਡਾ ਚਾਹੀਦਾ, ਇਹ ਸਾਰੇ ਅਸੀਂ ਦੋਸ਼ੀ ਹਾਂ ਇਸ ਵਰਤਾਰੇ ਦੇ। ਅਸੀਂ ਸ਼ੇਰ ਛੱਡ ਕੇ ਭੇਡਾਂ ਨੇ ਵਿਆਹ ਕਰਨ ਲੱਗ ਪਏ ਗਿੱਦੜਾਂ ਦੇ ਨਾਲ। ਆ ਸ਼ਕਲਾਂ ਵੇਖੋ ਜਿਹੜੇ ਨੌਜਵਾਨ ਮੋਨੇ ਕੋਨੇ ਨੇ, ਲੱਗਦਾ ਵੀ ਇਹਨੂੰ ਦੱਸਣਾ ਪੈਂਦਾ। ਆ ਸਿਰ ਤੇ ਪੱਗ ਬੰਨੀ ਹੋਵੇ ਤੇ ਮਾੜਾ ਮੋਟਾ ਪਤਾ ਲੱਗਦਾ। ਮੇਰਾ ਇੱਕੋ ਹੀ ਸਵਾਲ ਹੁੰਦਾ, ਜੇ ਪੋਤੇ ਨੂੰ ਇਹ ਦੱਸਣਾ ਪੈ ਜਾਵੇ ਵੀ ਮੈਂ ਸਿੱਖਾਂ ਦਾ ਪੋਤਿਆਂ, ਮੇਰਾ ਦਾਦਾ ਸਿੱਖ ਸੀ, ਤੇ ਫਿਰ ਸਮਝ ਲਓ ਨਸਲ ਬਦਲ ਚੁੱਕੀ ਹੈ। ਕਈ ਕਹਿੰਦੇ ਨਸਲ ਖੁਸ਼ੀ ਕੀ ਹੁੰਦੀ ਹੈ? ਨਸਲ ਖੁਸ਼ੀ ਇਹੋ ਹੀ ਹੈ ਜੇ ਸ਼ੇਰ ਦਾ ਪੁੱਤ ਲਾਗੇ ਖੜਾ ਹੋਵੇ ਤੇ ਦੱਸ ਕੇ ਦੱਸਣਾ ਪਵੇ ਵੀ ਮੈਂ ਸ਼ੇਰ ਦੀ ਨਸਲ ਆ, ਤੇ ਫਿਰ ਸਮਝੋ ਨਸਲ ਖੁਸ਼ੀ ਹੋ ਚੁੱਕੀ ਆ। ਸੋ ਜਿੱਥੇ ਵੀ ਅੰਮ੍ਰਿਤ ਸੰਚਾਰ ਹੁੰਦਾ, 15 ਤਰੀਕ ਨੂੰ ਦੀਪ ਸਿੱਧੂ ਦੀ ਪਹਿਲੀ ਬਰਸੀ ਹੈ, ਸ਼ਹੀਦੀ ਦਾ ਪਹਿਲਾ ਸਾਲ ਹੋਣਾ, 15 ਤਰੀਕ ਨੂੰ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਕਰਾਉਣਾ ਪੰਜਾਬ ਦੇ ਵਿੱਚ। ਉਹਦਾ ਸੁਪਨਾ ਸੀ, ਉਸ ਦੀ ਮੜੀ ਤੇ ਖੜ ਕੇ ਅਸੀਂ 2 ਨਾਰੇ ਲਾਏ ਸੀ, ਇੱਕ ਖਾਲਿਸਤਾਨ ਦਾ ਤੇ ਦੂਜਾ ਕਿਹਾ ਸੀ ਵੀ ਕਲਗੀਆਂ ਵਾਲਿਓ ਸਾਨੂੰ ਗਾਤਰੇ ਪਵਾ ਦਿਓ, ਤੇ ਜੇ ਵਚਨ ਸੱਚੇ ਕੀਤੇ ਹੈ, ਜੇ ਵਚਨ ਸੱਚੇ ਕੀਤੇ ਹੈ ਤੇ ਫਿਰ ਉਹਦੀ ਪਹਿਲੀ ਬਰਸੀ ਆਉਣ ਵਾਲੀ ਹੈ। ਉਹ ਸ਼ਹੀਦ ਹੋਇਆ ਵੇਖਦਾ ਸਾਰਾ ਕੁਝ, ਕਿਤੇ ਗਾਇਬ ਨਹੀਂ ਹੋ ਜਾਂਦੇ ਸ਼ਹੀਦ, ਉਹਨਾਂ ਦੀ ਨਿਗਾਹ ਸਾਡੇ ਤੇ, ਉਹਨਾਂ ਦੇ ਪਹਿਰੇ ਆ ਸਾਡੇ ਵਾਸਤੇ, ਤੇ ਜੇ ਉਹਨਾਂ ਦੇ ਆਖਰੀ ਬਚਨ ਮੰਨਣੇ ਆ ਤੇ ਫਿਰ ਤੇ ਕੋਈ ਗੱਲ ਨਹੀਂ, ਤੇ ਨਾਰੇ ਐਵੇਂ ਲਾਈ ਜਾਂਦੇ ਬਿਨਾਂ ਗੱਲ ਤੋਂ। ਸੋ ਜਿਹੜੇ ਵੀ ਨੌਜਵਾਨ ਇੱਥੇ ਆਏ ਆ, ਇੱਕ ਜਕਾਰਾ ਛੱਡਣਾ ਉੱਚੀ ਤੇ ਪ੍ਰਣ ਕਰਨਾ ਵੀ ਅਸੀਂ ਉਹਦੀ ਪਹਿਲੀ ਬਰਸੀ ਤੇ ਖੰਡੇ ਬਾਟੇ ਦੀ ਪੌੜ ਛੱਕ ਕੇ ਅੰਮ੍ਰਿਤਧਾਰੀ ਬਣਾਂਗੇ। ਬੋਲੇ ਸੋ ਨਿਹਾਲ, ਸੋ ਇਸ ਮੋਰਚੇ ਦੇ ਵਿੱਚੋਂ ਕਈ ਕਹਿੰਦੇ ਵੀ ਪ੍ਰਾਪਤੀ ਕੀ ਕਰਨਾ ਚਾਹੁੰਦੇ ਹੋ? ਸਭ ਤੋਂ ਵੱਡੀ ਪ੍ਰਾਪਤੀ ਸਾਡੀ ਇਸ ਮੋਰਚੇ 'ਚੋਂ ਇਹ ਹੋਊਗੀ ਵੀ ਜੇ ਅਸੀਂ ਇਕਜੁੱਟ ਹੋ ਗਏ, ਜੇ ਅਸੀਂ ਆਪਸੀ ਮਤਭੇਦ ਛੱਡ ਕੇ ਕੌਮ ਦੇ ਸੰਘਰਸ਼ਾਂ 'ਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਮੋਰਚੇ ਪਹਿਲਾ ਤੇ ਅਖੀਰੀ ਹੱਲ ਨਹੀਂ ਕੋਈ ਵੀ, ਪਰ ਮੋਰਚੇ ਲੱਗਦੇ ਰਹਿਣੇ ਚਾਹੀਦੇ ਨੇ।
ਕੌਮ ਦਾ ਤੇਲ ਪਾਣੀ ਚੈੱਕ ਹੁੰਦਾ ਰਹਿੰਦਾ ਵੀ ਅਸੀਂ ਕਿੰਨੇ ਕੁ ਜੋਗੇ ਆ। ਖਾਲਸਾ ਜੀ ਡਾਂਗਾ ਨਹੀਂ ਖਾਣੀਆਂ ਇੱਥੇ ਬੈਠ ਕੇ, ਨਾ ਕਿਸੇ ਦੇ ਮਾਰਨੀਆਂ। ਨੌਜਵਾਨ ਨੂੰ ਬਿਲਕੁਲ ਕੋਈ ਹੁਲੜਬਾਜੀ ਨਹੀਂ ਕਰਨੀ। ਇੱਥੇ ਇਹ ਨਾ ਹੋਵੇ ਵੀ ਆਲੇ ਦੁਆਲੇ ਦੇ ਲੋਕ ਹੀ ਕਹਿਣਾ ਸ਼ੁਰੂ ਕਰ ਦੇਣ ਵੀ ਭਾਈ ਅਸੀਂ ਤੁਹਾਡੇ ਤੋਂ ਬੜੇ ਤੰਗ ਆ, ਜਾਓ ਇੱਥੋਂ। ਇੱਥੇ ਉੱਚੀ ਉੱਚੀ ਗਾਣੇ ਲਾ ਕੇ, ਡੀਜੇ ਲਾ ਕੇ, ਭਾਵੇਂ ਤੁਸੀਂ ਕਹੋ ਵੀ ਧਾਰਮਿਕ ਸ਼ਬਦ ਲਾਉਂਦੇ ਅਸੀਂ, ਪਰ ਟਰੈਕਟਰਾਂ ਤੇ ਇੰਨੀ ਬੇਸ ਲਾ ਕੇ ਘੁੰਮਣ ਦਾ ਕੋਈ ਕੰਮ ਨਹੀਂ। ਇਸੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ, ਕਿਸੇ ਗਰੀਬ ਗੁਰਬੇ ਦੀ ਬਾਂਹ ਫੜਨੀ ਹੈ। ਧੀਆਂ ਭੈਣਾਂ ਨੂੰ ਇੱਥੇ ਆਣ ਕੇ ਇਹ ਨਾ ਲੱਗੇ ਵੀ ਸਾਡਾ ਆਉਣਾ ਇੱਥੇ ਸੁਰੱਖਿਅਤ ਨਹੀਂ। ਇੱਥੇ ਐਸਾ ਮਾਹੌਲ ਸਿਰਜਣਾ ਹੈ ਵੀ ਇੱਥੋਂ ਦੇ ਲੋਕ ਕਹਿਣ ਵੀ ਭਾਈ ਤੁਸੀਂ ਸਾਲ ਦੋ ਸਾਲ ਇੱਥੇ ਬੈਠੇ ਰਹੋ, ਸਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਖਿਮਾ ਦਾ ਜਾਜਕ ਹਾਂ, ਬੋਲਦਿਆਂ ਅਨੇਕ ਭੁੱਲਾਂ ਹੋਈਆਂ, ਅਣਜਾਣ ਸਮਝ ਕੇ ਮਾਫ਼ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਬੈਠੇ ਜੋ, ਸਤਿਗੁਰ ਤੋਂ ਬਿਨਾਂ ਕਿਸੇ ਨੇ ਬਾਲੀ ਨਹੀਂ ਬਣਨਾ, ਕਿਸੇ ਨੇ ਵਾਰਸ ਨਹੀਂ ਬਣਨਾ। ਸਤਿਗੁਰ ਦੇ ਘਰ ਅਨੰਦਪੁਰ ਸਾਹਿਬ ਵੜੀਏ, ਅਨੰਦਪੁਰ ਸਾਹਿਬ ਵੜ ਕੇ ਰਾਜ ਭਾਗ ਦੇ ਜਿਹੜਾ ਦਾਅਵਾ ਸਾਡੇ ਕੋਲ, ਹਮ ਰਾਖਤ ਪਾਤਸ਼ਾਹੀ ਦਾਅਵਾ, ਇਹ ਜਿਹੜਾ ਦਾਅਵਾ ਸਾਡਾ ਹੈ, ਉਸ ਦਾਅਵੇ ਨੂੰ ਅਸੀਂ ਪੂਰਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਆ, ਬੈਠੇ ਰਹੋ ਅਜੇ ਥੋੜ੍ਹਾ।